ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅੰਮ੍ਰਿਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਸ੍ਰੀ ਰਾਜੇ ਕ੍ਰਿਸ਼ਨ।
ਸ਼ਹੀਦਾਂ ਸਿੰਘਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪ੍ਰਤਿਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਜਿੱਤੇ ਆਉਣ ਦਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਧਾਰ ਸ਼ਰਾਇਤ ਦੇਖਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾ ਭਰੋਸਾ ਦਾਨ ਦਾਨ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕਿਆ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਵਾ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਹੀ ਸਹਾਇਤ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਨਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਪੁਰਸ਼ੋ ਜੀ ਇਹ ਮਾਇਆ ਦੇ ਮਾਨ ਗੁਰੂ ਨੇ ਤਾਣਿਆਂ ਦੇ ਤਾਂ ਉਹਦੇ ਯੋਗ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਸਨ ਦੌਲਾ ਪਾਸ ਅਰਦਾਸ ਬੇਨਤੀ ਜੋ ਪ੍ਰਿਆ ਸਤਿਗੁਰ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਕਰ ਰਾਮ ਦੀ ਬ੍ਰਹਮੰਡਲ ਸਿਖਲ ਹੋਏ ਗਿਆਨ ਘਰ ਵਿੱਚ ਕਰਮ ਨਾ ਜਾਣਾ ਸਾਰਣਾ ਜਾਣਾ ਤੇਰੇ ਸਭ ਤੋਂ ਵੱਡਾ ਸਤਿਗੁਰ ਨਾਮ ਜਿੰਦਰ ਰਾਖੀ ਮੇਰੀ ਦਿਮਾਗ ਵਾਪ ਅਨੁਸਾਰ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀਓ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਧੰਨ ਧੰਨ ਬਾਬਾ ਨਿਰਮਾਨ ਦਾਸ ਜੀ ਆਪ ਜੀ ਦੇ ਅਸਥਾਨਾਂ ਤੇ ਸਤਿਗੁਰੂ ਜੋ ਕਿ ਆਏ ਸਾਲ ਦੀ ਤਰ੍ਹਾਂ ਦਸਹਿਰ ਦਾ ਮੇਲਾ ਬੜੀ ਧੂਮਧਾਮ ਦੇ ਨਾਲ ਪਿੰਡ ਲਗੜੋਈ ਦੀਆਂ ਸੰਗਤਾਂ ਵੱਲੋਂ ਅਤੇ ਬਾਹਰੋਂ ਨੇੜੇ ਦੂਰ ਜੋ ਵੀ ਸੰਗਤਾਂ ਆਪ ਜੀ ਦੇ ਉੱਤੇ ਪਹੁੰਚਦਾ ਸਭ ਸੰਗਤਾਂ ਵੱਲੋਂ ਰਲ ਮਿਲ ਕੇ ਇਕੱਤਰ ਹੋ ਕੇ ਸਤਿਗੁਰੂ ਜੀਓ ਦੁਸਹਿਰਾ ਦਾ ਮੇਲਾ ਆਏ ਸਾਲ ਮਨਾਇਆ ਜਾਂਦਾ ਹੈ। ਸਤਿਗੁਰੂ ਇਸ ਸਾਲ ਵੀ ਆਪ ਜੀ ਨੇ ਸੰਗਤਾਂ ਨੂੰ ਬਲ ਅਤੇ ਉਦਮ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀਓ ਲੰਗੜੋਈ ਦੁਸਹਿਰਾ ਖੇਡ ਮੇਲਾ ਸਤਿਗੁਰੂ ਜੀ ਸ਼ੁਰੂ ਹੋਣ ਲੱਗਾ ਹੈ। ਆਪ ਜੀ ਨੇ ਕਿਰਪਾ ਬਖਸ਼ਿਸ਼ ਕਰਨੀ ਜੀ, ਆਪ ਜੀ ਨੇ ਆਪਣਾ ਆਸ਼ੀਰਵਾਦ ਸਤਿਗੁਰੂ ਜੀ ਮੇਲੇ ਦੇ ਵਿੱਚ ਬਣਾ ਕੇ ਰੱਖਣਾ। ਸਤਿਗੁਰੂ ਜੀ ਖੇਡਾਂ ਦੇ ਖਿਡਾਰੀਆਂ ਦੇ ਸਿਰ 'ਤੇ ਮੇਰਾ ਪ੍ਰਯਾਸ ਰੱਖਣਾ। ਸਤਿਗੁਰੂ ਜੀ ਪ੍ਰੇਮ ਭਾਵਨਾ ਦੇ ਨਾਲ ਖੇਡ ਖੇਡਣ ਦੀ ਬਲ ਅਤੇ ਉਦਮ ਬਖਸ਼ਿਸ਼ ਕਰਨੀ। ਸਤਿਗੁਰੂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਲੜਾਈ ਝਗੜਾ ਨਾ ਹੋਣ ਦੇਣਾ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਕਰਨੀ, ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਤਿਗੁਰੂ ਜੀ ਖੇਡ ਮੇਲੇ ਦੇ ਵਿੱਚ ਰੁਕਾਵਟ ਨਾ ਆਵੇ। ਆਪ ਦੀ ਅੰਗ ਸੰਗ ਸਹਾਇਤਾ ਕਰਨੀ ਅਤੇ ਜੋ ਵੀ ਸੇਵਾਦਾਰ ਆਪ ਜੀ ਦੇ ਡੇਰੇ ਦੇ ਸਤਿਗੁਰੂ ਜੀ ਹੋ ਸਭਨਾਂ ਨੂੰ ਸੇਵਾ ਕਰਨ ਦਾ ਬਲ ਅਤੇ ਉਦਮ ਬਖਸ਼ਿਸ਼ ਕਰਨਾ ਜੀ, ਮਿਹਰਾਂ ਬਖਸ਼ਿਸ਼ ਕਰਨੀਆਂ ਮੇਲੇ ਵਿੱਚ ਸਭਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਨਗਰ ਖੇੜੇ ਸੁੱਖ ਸ਼ਾਂਤੀ ਉਰਤਾਉਣੀ। ਸਤਿਗੁਰੂ ਜੀ ਹੋ ਆਪ ਜੀ ਨੇ ਕਿਰਪਾ ਬਣਾ ਕੇ ਰੱਖਣੀ ਗਰਾਊਂਡ ਦੇ ਵਿੱਚ ਆਪਣੀ ਅਤੇ ਆਪ ਜੀ ਨੇ ਕਿਰਪਾ ਬਖਸ਼ਿਸ਼ ਕਰਨੀ ਖਿਡਾਰੀਆਂ ਦੇ ਉੱਤੇ। ਸਤਿਗੁਰੂ ਜੀ ਆਪ ਜੀ ਨੇ ਸੇਵਾਦਾਰਾਂ ਦੇ ਉੱਤੇ ਮੇਰਾ ਪ੍ਰਯਾਸ ਰੱਖਣਾ, ਸੇਵਾ ਕਰਨ ਦਾ ਬਲ ਅਤੇ ਉਦਮ ਬਖਸ਼ਿਸ਼ ਕਰਨਾ 3 ਦਿਨ। ਸਤਿਗੁਰੂ ਜੀ ਖੇਡ ਮੇਲਾ ਚੱਲਣਾ ਹੈ ਅਤੇ 3 ਦਿਨ ਆਪਣੀ ਕਿਰਪਾ ਬਣਾ ਕੇ ਰੱਖਣੀ। ਸਤਿਗੁਰੂ ਜੀ ਸਭਨਾਂ ਦੇ ਉੱਤੇ ਆਪ ਜੀ ਨੇ ਕਿਰਪਾ ਬਖਸ਼ਿਸ਼ ਕਰਨੀ ਜੀ। ਇਸ ਟਾਈਮ ਆਪ ਜੀ ਦੇ ਦਰ ਤੇ ਸਮੂਹ ਸੇਵਕ ਅਤੇ ਖਿਡਾਰੀ ਸਿੰਘ ਹਾਜ਼ਰ ਹੋਏ ਨੂੰ ਸਤਿਗੁਰੂ ਜੀ ਆਪ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਆਪ ਜੀ ਕਿਰਪਾ ਬਖਸ਼ਿਸ਼ ਕਰੋ, ਆਗਿਆ ਬਖਸ਼ਿਸ਼ ਕਰੋ, ਖੇਡ ਮੇਲਾ ਸ਼ੁਰੂ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਜੀ, ਮੇਰਾ ਬਖਸ਼ਿਸ਼ ਕਰਨੀਆਂ ਜੀ। ਆਪ ਜੀ ਸਤਿਗੁਰੂ ਜੀ ਸਮੂਹ ਸੰਗਤਾਂ ਦੇ ਸਿਰ ਤੇ ਮੇਰਾ ਪ੍ਰਯਾਸ ਰੱਖ ਕੇ ਸਤਿਗੁਰੂ ਜੀ ਇਹ ਮੇਲਾ ਜਿਹੜਾ ਸਤਿਗੁਰੂ ਜੀ ਨਵੀਨਤਾ ਸਾਹਿਬ ਸਪੂਰਨ ਕਰਾਉਣ ਅਤੇ ਮੇਰਾ ਬਖਸ਼ਿਸ਼ ਕਰਨੀਆਂ ਜੀ। ਜੋ ਵੀ ਸੰਗਤਾਂ ਆਪ ਜੀ ਦਰ ਤੇ ਪਹੁੰਚਿਆ ਸਭਨਾਂ ਦੇ ਹਾਲੀਆਂ ਦਰ ਤੇ ਪ੍ਰਵਾਨ ਦੀ ਸੇਵ ਕਰਨ ਮੇਰ ਜਿਹਨਾਂ ਨੇ ਪ੍ਰਣਾਮ ਦਿੱਤੇ ਆਵੇ ਆਪ ਨਾਮ ਕਰਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਗਰ ਕਰੇ
ਦੇ ਮਹਾਂਪੁਰਖ ਅਨੁਸਾਰ ਅਸੀਂ ਅੱਜ ਬਾਬਾ ਨਰਮਾਨ ਦਾ ਸਪੂਰਨ ਸਰਬ ਲਗੋਈ ਅਤੇ ਸਮੂਹ ਨਗਰ ਨਿਵਾਸੀ ਸੱਜਣਾ ਦੇ ਸਹਿਯੋਗ ਨਾਲ ਆਪਣਾ 71ਵਾਂ ਦੁਸਹਿਰਾ ਖੇਡ ਮੇਲਾ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਵਿੱਚ ਅੱਜ ਹਰਮੇਸ਼ ਗੋਇਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਪਛਾਣਾ ਇਹ ਸਾਡੇ ਖੇਡ ਮੇਲੇ ਦਾ ਰਿਬਨ ਕੱਟ ਕੇ ਇਸਦੀ ਸ਼ੁਰੂਆਤ ਕਰਨਗੇ ਅਤੇ 18 ਅਕਤੂਬਰ ਸਰਦਾਰ ਰਜਿੰਦਰ ਸਿੰਘ ਜੀ MLA ਇਹ ਸਾਡੇ ਕਬੱਡੀ ਖਿਡਾਰੀ ਜਿਹੜੀਆਂ ਟੀਮਾਂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ ਅਤੇ ਸਾਡੇ ਖੇਡ ਮੇਲੇ ਦੀ ਰੌਣਕ ਵਧਾਉਣਗੇ ਅਤੇ 19 ਤਰੀਕ ਨੂੰ ਸਰਦਾਰ ਸੀਤਲ ਸਿੰਘ ਜੀ ਨੰਬਰਦਾਰ ਭੰਗੜਾ 4 ਵਜੇ ਪਹਿਲਵਾਨਾਂ ਨੂੰ ਇਨਾਮ ਵੰਡਣ ਦੀ ਰਸਮ ਹੈ ਜਿਹੜੀ ਅਦਾ ਕਰਨਗੇ। ਸੋ ਅਸੀਂ ਧੰਨਵਾਦੀ ਹਾਂ ਸਾਡੇ ਸਾਰੇ ਕਲੱਬ ਮੈਂਬਰ, ਸਾਡੇ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਅਤੇ ਹੋਰ ਸਹਿਯੋਗੀ ਨਗਰਾਂ ਦੇ ਅਤੇ ਗ੍ਰਾਮ ਪੰਚਾਇਤਾਂ ਦੇ ਅਤੇ ਸਾਡੇ NRI ਦੇ ਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬੜੀ ਸਰਕਾਰ ਜੋ ਸ਼ਖਸੀਅਤ ਆ, ਮੇਰੇ ਜ਼ਿੰਦਗੀ ਦੀ ਬੜੀ ਸਰਕਾਰ ਜੋ ਸ਼ਖਸੀਅਤ ਨੇ ਅਮਰੀਕ ਸਿੰਘ ਜੀ ਨੰਬਰਦਾਰ ਸਾਹਿਬ ਆ ਪ੍ਰਧਾਨ, ਤੇ ਨਾਲ ਉਹਨਾਂ ਦੇ ਮਰਾਰੀ ਲਾਲ ਜੀ ਮਿੱਤਰ ਆ, ਤੇ ਨਾਲ ਉਹਨਾਂ ਦੇ ਹਰਚਰਨ ਸਿੰਘ ਜੀ, ਵੀਰਵਰ ਸ਼ਰਮਾ ਜੀ, ਤੇ ਨਾਲ ਨਪਿੰਦਰ ਸਿੰਘ ਜੀ, ਤੇ ਨਾਲ ਸਾਡੇ ਵਰ ਤੇ ਜਗਵਿੰਦਰ ਜੱਗੀ ਹੁਣੀਆਂ ਦਾ ਐਨ ਬਹੁਤ ਬਹੁਤ ਧੰਨਵਾਦ ਆ। ਉੱਧਰ ਰਿਬਨ ਕੱਟਣ ਦੀ ਰਸਮ ਆ, ਨਾਲ ਗੁਰਿੰਦਰ ਸੰਧੂ ਹੁਣੀ, ਲਖਵਿੰਦਰ ਸਿੰਘ ਜੀ ਨਾਲ ਨੇ, ਤੇ ਬੜੇ ਸਤਿਕਾਰਯੋਗ ਸਰਦਾਰ ਲਾਭ ਸਿੰਘ ਜੀ ਐਨ, ਤੇ ਨਾਲ ਅਮਰੀਕ ਸਿੰਘ ਜੀ
ਫਿਰ ਹਰ ਸਾਲ ਦੀ ਤਰ੍ਹਾਂ ਬਾਬਾ ਨਰਮਾਣੇ ਹੇਠ ਆਪਣੇ ਸੋਚੇ ਨਗਰ ਨਿਵਾਸੀਆਂ ਤੇ ਸੋਚੇ ਐਨਆਰਆਈ ਦਾ ਬਹੁਤ ਬਹੁਤ ਧੰਨਵਾਦ ਆ ਜਿਹਨਾਂ ਨੇ ਮਾਣ ਬਖਸ਼ਿਆ ਤੇ ਨਾਲ ਜਿੰਨੀਆਂ ਵੀ ਆਮ ਦੇ ਇਲਾਕੇ ਕਰਕੇ ਬੈਠਣਾ ਪਲੇਅਰ ਅੱਗੇ ਬੈਠ ਜਾਣ ਜੀ ਮੇਰੀ ਬੇਨਤੀ ਹੈ ਪਲੇਅਰ ਨੂੰ ਅੱਗੇ ਉੱਤੇ ਬੈਠ ਜਾਣ ਸਾਡੇ ਸ਼੍ਰੀ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਸਰਦਾਰ ਹਰਿੰਦਰ ਸਿੰਘ ਜੀ ਸੰਧੂ ਸਾਹਿਬ ਆ ਜਿਹਨਾਂ ਨੇ 11,000 ਰੁਪਏ ਦਾ ਯੋਗਦਾਨ ਦਿੱਤਾ ਹੈ ਅੱਜ ਦਾ ਮੇਰਾ ਸਫ਼ਰ ਕਰਦੇ ਜੀ ਉਹਨਾਂ ਨੂੰ ਵੀ ਧੰਨਵਾਦ ਕਰਾਂਗੇ ਖੇੜੀ ਫਸਲ ਦੇ ਨਾਲ ਭੱਟੀ ਵਾਲਾ ਕਲਾਂ ਦੀਆਂ ਟੀਮਾਂ ਹੋਰ ਕਰੋ ਫਿਰ ਵੀ ਉਹ ਟੀਮਾਂ ਵੀ ਆ ਜਾਣ ਅੱਜ ਮੁਕਾਬਲੇ ਦੀਆਂ ਟੀਮਾਂ ਹੋਣਗੀਆਂ ਉਹਨਾਂ ਟੀਮਾਂ ਦੀ ਬੇਨਤੀ ਕੀਤੀ ਜਾ ਰਹੀ ਹੈ ਵੀ ਦੋਨੋਂ ਟੀਮਾਂ ਆ ਜਾਣ ਅਗਲਾ ਮੁਕਾਬਲਾ ਜਿਹੜਾ ਲੈਣਾ ਹੈ ਉਹਨਾਂ ਟੀਮਾਂ ਦੀ ਜਵਾਬ ਜਿਹਨੂੰ ਕੋਈ ਜਾਂਚ ਹੈ ਕਹਿੰਦੇ ਜੋ ਦੇਖ ਲਓ ਨਹੀਂ ਫਿਰ ਚੇਂਜ ਕਰੋ ਭਰਾ ਬੇਨਤੀ ਕਿਉਂਕਿ 55 ਦੀ ਹਜੇ ਬਹੁਤ ਪਰ 45 ਨਾਜ਼ਰ ਪੂਰਾ ਤਿਆਰ ਬਰ ਤਿਆਰ ਹੈ ਹੁਣ ਦੇਖੋ ਕੋਈ ਰੇਡ ਹਾਂਜੀ ਇਹ ਖੁਰਦ ਤੇ ਬਲਵੇੜੇ ਦੀ ਮੈਚ ਚੱਲਦਾ ਹਾਂਜੀ ਬਸ ਠੀਕ ਆ ਅਸੀਂ ਟਾਈਆਂ ਪਾਉਣ ਲੱਗੇ ਇਹਦੀਆਂ ਤੇ ਇਸ ਤੋਂ ਬਾਅਦ ਫਾਈਨਲ ਮੈਚ ਕਰਾ ਦਿਓ 10-10 ਰੇਡਾਂ ਨੇ ਠੀਕ ਹੈ ਜੀ 45 ਕਿਲੋ ਦਾ ਫਾਈਨਲ 45 ਕਿਲੋ ਦਾ ਫਾਈਨਲ ਹੋਵੇਗਾ ਟੂ ਹੈ ਲੈ ਨਾਜ਼ਰ ਕਹਿੰਦੇ ਐਨ ਮੱਖਣ ਬਰਾੜ ਦਾ ਪਿੰਡੂ ਨਾਜ਼ਰ ਸਾਹਿਬਾ ਕਹਿੰਦੇ ਅੰਕ ਦਾ ਵਾਅਦਾ ਕਰ ਰਿਹਾ ਹੋਇਆ ਅਗਲੀ ਰੇਡ ਉਧਰ ਪੀਣੀ ਲਓ ਗੁਰਮੀਤ ਸਿੰਘ ਭੜੂਆ ਕਹਿੰਦੇ ਜੇ ਜੱਫਾ ਲਾਵੇ ਨਾ ਤੇ ਨਜ਼ਾਰੇ ਵੱਖਰੇ ਹੋਣਗੇ ਚੰਪੌਰ ਵੀ ਆ ਵਿਚਕਾਰ ਕਹਿੰਦੇ ਹਰਵਿੰਦਰ ਸਿੰਘ ਕਾਲੇ ਨੇ ਖੇਤਾ ਐਨ ਗੁਰਮੀਤ ਸਿੰਘ ਭੜੂਆ ਕੋਈ ਇਟਲੀ ਕਹਿੰਦਾ ਕੋਈ ਪਹਾੜ ਸਿੰਘ ਕਹਿੰਦਾ ਲਓ ਦੇਖੋ ਹਰਵਿੰਦਰ ਸਿੰਘ ਕਾਲੇ ਨੇ ਤਿਆਰ ਕੀਤੀ ਹੋਈ ਟੀਮ ਮੈਦਾਨ ਦੇ ਵਿੱਚ ਕਹਿੰਦੇ ਤਕੜਾ ਜੱਫਾ ਲਾ ਰਿਹਾ ਨਾਜ਼ਰ ਨੂੰ ਤੇ ਪੁਆਇੰਟ ਜਾਫੀ ਦਾ 45 ਕਿਲੋ ਦੇ ਫਾਈਨਲ ਮੈਚ ਵਾਲੀਆਂ ਟੀਮਾਂ ਕਲਾਰਾ ਆ ਗਈ ਘਰਾਚੋਂ ਦੇ ਬਾਕੀ ਪਲੇਅਰ ਆਉਣਗੇ ਐਮਰ ਸੈਣੀ ਹੋਣੀ ਬਿੱਲਾ ਵੀ ਆਵੇ ਸਾਂਗ ਗਰਾਊਂਡ ਦੇ ਵਿੱਚ ਹੀ ਹੈ ਲਓ ਪਹੀ ਰੇਡ ਹੁਣ ਦੇਖੋ ਸਾਹਮਣੇ ਤਿੰਨ ਜਾਫੀ ਇੱਕ ਪਾਸੇ ਉੱਚਾ ਲਾਂਦਾ ਗੱਭਰੂ ਖੁਰਦ ਵਾਲਾ ਵਾਹ ਕਈ ਖੁਰਦ ਪ੍ਰਸਿੱਧ ਨੇ ਇੱਕ ਮਲੇਰਕੋਟਲੇ ਇਲਾਕੇ ਆ ਪਰ ਮੈਨੂੰ ਲੱਗਦਾ ਵੀ ਸ਼ਾਇਦ ਉਹੀ ਹੁੰਦੀ ਹੈ ਪਰ ਛੱਡਦੇ ਕੱਪੜਾ ਹੁਣ ਘਰੇ ਲੈ ਕੇ ਜਾਏਗਾ ਪਲੇ ਤੱਕ ਭੱਜਿਆ ਆ ਦੇਖ ਜਾਣਿਆ ਪਿੱਛੇ ਜਾਂਦਾ ਰਹਿ ਜਾਣੀ ਹੈ ਅਗਲੀ ਰੇਡ ਪਾਉਣ ਦੇ ਵਾਸਤੇ ਕਹਿੰਦੇ ਕਾਲੀ ਪੱਟੀ ਹੈ ਤੇ ਕਹਿੰਦੇ ਖੁਰਦ ਵਾਲਾ ਅੱਗੇ ਵਰ ਵਜਿਆ ਉਹ ਖਾਨ ਲਾ ਜੱਫਾ ਕਿਹੜਾ ਪੂਰਾ ਨਾ ਕਹਿੰਦੇ ਅੱਗੇ ਪਤਾ ਲੱਗਿਆ ਵੀ ਸਲਮਾਨ ਖਾਨ ਕਹਿੰਦੇ ਇੱਕ ਫਿਲਮੀ ਸਟਾਰ ਹੈ ਤੇ ਆ ਕਹਿੰਦੇ ਸਾਡਾ ਯਾਰ ਹੈ ਲਓ ਖਾਨ ਬਲਵੇੜੇ ਵਾਲਾ ਕਰਦਾ ਟਰਾਈ ਤੇ ਪੜ ਧਾਵੀ ਦਾ ਆਓ ਸੱਜਣਾ ਉਹ ਗੁਰ ਕੇ ਇਹਨੂੰ ਥੱਲੇ ਕਰਨਾ ਬਾਈ ਕੁੜੀਏ ਸੱਟ ਲੱਗੂ ਬਾਈ ਕੁੜੀਏ ਛੋਟੇ ਛੋਟੇ ਬੱਚਿਆਂ ਦਾ ਵੀ ਧੰਨਵਾਦ ਹੈ ਮੇਲੇ ਦੇ ਉੱਤੇ ਆਏ ਆ ਮੇਲੇ ਦਾ ਚੌਰ ਹੀ ਚੱਕਿਆ ਜਾ ਰਿਹਾ
ਹਾਂਜੀ ਬਲਵੇੜਾ ਜਿੱਤ ਗਈ ਜੀ ਬਰਕ ਸਾਹਿਬ ਹੁਸਨਪ੍ਰੀਤ ਪ੍ਰਧਾਨ ਜੀ ਦਾ ਧੰਨਵਾਦ ਐਨ ਕਦੇ ਅਗਲੀ ਗੱਲ ਤੁਹਾਡੀ ਕੱਪ ਦੇ ਉੱਤੇ ਪੁੱਜੀ ਹੋਈ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਇਸ ਤੋਂ ਬਾਅਦ ਜਿਹੜਾ 55 ਕਿਲੋ ਭਾਰ ਦਾ ਦੂਸਰੇ ਕਲੀ ਪਵਾ ਦਿਓ ਕਲੀ ਸਾਡੀ ਕਲੀ ਪਵਾ ਦਿਓ ਕੰਧਿਆਂ ਦੇ ਇਧਰਲੇ ਪਾਸੇ ਮੈਦਾਨ ਦੇ ਵਿੱਚ ਨੌਜਵਾਨ ਕਹਿੰਦੇ ਉਸਾਰ ਘਰਾ ਚੋਂ ਬੰਦਾ ਕਬੱਡੀ ਭਾ ਰਹੇ ਹੈ ਦੂਜੇ ਪਾਸੇ ਕਹਿੰਦੇ ਤਾਰੇ ਜਾਫੀ ਖੜੇ ਆ ਮੈਦਾਨ ਦੇ ਵਿੱਚ ਦੇਖੋ ਫਿਰ ਨੌਜਵਾਨ ਕਹਿੰਦੇ ਪੁਰਾਣਾ ਮਿੰਟ ਤੋਂ ਆਏ ਹੈ ਨੌਜਵਾਨ ਕਹਿੰਦੇ ਕੁਝ ਕਰਕੇ ਜਾਣਗੇ ਦੇਖੋ ਨਹੀਂ ਰੀਸਾ ਮੈਦਾਨ ਦੇ ਵਿੱਚ ਤੇ ਘਰਾ ਚੋਂ ਬੜਾ ਸਾਦਾ ਪੁਆਇੰਟ ਲੈ ਕੇ ਬਹੁਤ ਸੁਣਾਇਆ ਹੈ ਨੌਜਵਾਨ ਦਾ ਆਪਾਂ ਵੇਖ ਰਿਹਾ ਵੀ ਪੱਕਾ ਜਿਹਾ ਸਰੀਰ ਤੇ ਪੁਆਇੰਟ ਲੈ ਕੇ ਆ ਗਿਆ ਭਾਗਲ ਤੇ ਪਹਾੜਪੁਰ ਦਾ ਪਹਿਲਾ ਮੁਕਾਬਲਾ ਦੂਸਰੇ ਰਾਉਂਡ ਦਾ ਕਬੱਡੀ 55 ਕਿਲੋ ਭਾਰ ਦਾ ਖੇਡਿਆ ਜਾਣਾ ਮੇਰੀ ਬੇਨਤੀ ਹੈ ਵੀ ਪਲੀਜ਼ ਦੋਨੋਂ ਟੀਮਾਂ ਮੈਦਾਨ ਦੇ ਵਿੱਚ ਆ ਜਾਣਗੀਆਂ ਭਾਗਲ ਤੇ ਪਹਾੜਪੁਰ ਦਾ ਜਿਹੜਾ ਉਹ ਦੂਸਰਾ ਮੁਕਾਬਲਾ ਸੋਰੀ ਪਹਿਲਾ ਮੁਕਾਬਲਾ ਦੂਸਰੇ ਰਾਉਂਡ ਦਾ ਖੇਡਿਆ ਜਾਣਾ ਤੇ ਟੀਮਾਂ ਆਉਣਗੀਆਂ ਦੋਨੋਂ ਟੀਮਾਂ ਦੇ ਵਿਚਕਾਰ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਇਧਰਲੇ ਪਾਸੇ ਕਹਿੰਦੇ ਕੁਲਾਰਾਂ ਵਾਲਾ ਨੌਜਵਾਨ ਪਰਮਾਤਮਾ ਨੂੰ ਯਾਦ ਕਰਦਾ ਹੱਥਾਂ ਨੂੰ ਕਲੀ ਲਾਈ ਹੈ ਅੱਗੇ ਵੱਲ ਵੱਧ ਗਿਆ ਰੇਡ ਪਾਉਣ ਦੇ ਲਈ ਦੋ ਜਾਫੀ ਖੜੇ ਹੈ ਬੱਲੇ ਸਿਆ ਹੁਣ ਦੇਖ ਦੇ ਵਿੱਚ ਭਰਿਆ ਕੀ ਹੈ ਇਹ ਕਰੰਟ ਇੰਨਾ ਕਿਉਂ ਮਾਰਦਾ ਸ਼ਾਟ ਕੇ ਵੀ ਜਿੰਨਾ ਕਰੰਟ ਚੱਕੀ ਫਿਰਦਾ ਹੁਣ ਦੇਖ ਦੇ ਵਿੱਚ ਫੜ ਕੇ ਨੌਜਵਾਨਾਂ ਵੀ ਗੱਲਾਂ ਹੋਣਗੀਆਂ ਨੌਜਵਾਨਾਂ ਵੀ 71ਵੇਂ ਟੂਰਨਾਮੈਂਟ ਦੇ ਉੱਤੇ ਕਬੱਡੀ ਦੇ ਕੱਪ ਦੇ ਉੱਤੇ ਕੀ ਹੋਇਆ ਸੀਗਾ ਹੁਣ ਸਮਾਂ ਹੀ ਦੱਸੂ ਲੈ ਵੀ ਕਿਉਂਕਿ ਜਦੋਂ ਸਾਧਨਾਂ ਦੇ ਭੇੜ ਉਹਨਾਂ ਤੇ ਆਪਣੀ ਦਿਸ਼ਾ ਬੰਨ ਲਓ ਉਹਨਾਂ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਆ ਜਾਣਾ ਇਧਰਲੇ ਪਾਸੇ ਕਹਿੰਦੇ ਉਸਾਨ ਫੇਰ ਰੇਡ ਪਾ ਰਹੇ ਹੈ ਦੂਜੇ ਪਾਸੇ ਕਹਿੰਦੇ ਨੌਜਵਾਨ 3 ਜਾਫੀ ਮੈਦਾਨ ਦੇ ਵਿੱਚ ਖੜੇ ਹੈ ਨੌਜਵਾਨ ਨੇ ਕਹਿੰਦੇ ਆ ਇਹਨੇ ਮੋਟੇ ਜੇ ਪੱਟ ਨੂੰ ਕੈਚ ਮਾਰ ਦਿੱਤੀ ਹੈ ਹੁਣ ਨਹੀਂ ਰੀਸਾ ਨੌਜਵਾਨਾਂ ਤੇਰੀਆਂ ਗੋਦੀ ਚੱਕ ਲੈ ਸੰਦੀਪ ਵਾਂਗ ਉਹਨਾਂ ਨੇ ਤੇਰਾ ਜੱਫਾ ਲਾਇਆ ਤੇ ਬੜੀ ਵਧੀਆ ਉਹਨੇ ਗੱਲ ਕੀਤੀ ਹੈ ਤੇ ਅਗਲਾ ਜਿਹੜਾ ਹੁਣ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਗੁਰਨੈਬ ਸਿੰਘ ਜੀ ਜਿਹੜੇ ਸਟੇਜ ਦੇ ਉੱਤੇ ਸਲਾਮਾਂ ਦੇ ਰਹੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗੁਰਨੈਬ ਸਿੰਘ ਜੀ ਵਰਨ ਸਾਡੀ ਜ਼ਿੰਦਗੀ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਆ ਗਿਆ ਹੈ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਪੁਆਇੰਟ ਲੈ ਕੇ ਨੌਜਵਾਨ ਲੂਜ਼ ਕਰਦਾ ਹੈ ਤੇ ਪੁਆਇੰਟ ਜਾਫੀ ਦੇ ਲਈ ਹੈ ਘਰਾਚੋਂ ਦੀ ਟੀਮ ਦੇ ਵਾਸਤੇ ਜੁੜਦਾ ਹੈ ਅਗਲੀ ਰੇਡ ਫਿਰ ਕਹਿੰਦੇ ਸਾਹ ਆ ਗਿਆ ਕਬੱਡੀ ਪਾਉਣ ਦੇ ਲਈ ਤੇ ਕਾਲੇ ਗੋਰੇ ਦੀ ਅਸੀਂ ਨਾ ਫਰਕ ਕਰਦੇ ਕਾਲਾ ਰੰਗ ਸੀ ਕਿਸ਼ਨ ਬਰਾੜ ਦਾ ਜੀ ਤਵੇ ਕੜਾਹੇ ਦਾ ਹੁੰਦਾ ਰੰਗ ਕਾਲਾ ਭੋਜਨ ਪੱਕਦਾ 36 ਪ੍ਰਕਾਰ ਦਾ ਜੀ ਕਾਲੀਆਂ ਜੁਲਫਾਂ ਸੁਰਮੇ ਦਾ ਰੰਗ ਕਾਲਾ ਸੋਹਣੇ ਹੁਸ਼ਨ ਨੂੰ ਹੋਰ ਸ਼ਿੰਗਾਰ ਦਾ ਜੀ ਹਾਂ ਦੇਖ ਲਓ ਜੈਲਦਾਰ ਦੀ ਅੱਖ ਕਾਲੀ ਕਰਵਾਉਂਦੀ ਸ਼ਹਿਰ ਸਾਰੇ ਸੰਸਾਰ ਦਾ ਜੀ ਮੈਂ ਕਲੀ ਵਾਲੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਥੋੜ੍ਹਾ ਜਿਹਾ ਹੱਥ ਨੀਵਾਂ ਕਰਕੇ ਕਲੀ ਪਾਓ ਵੀ ਆਪਾਂ ਲਾਈਨ ਹੈ ਜਿਹੜੀ ਉਹ ਚੌੜੀ ਨਹੀਂ ਕਰਨੀ ਇਹ ਬੇਨਤੀ ਆ ਤੁਹਾਡੇ ਚਰਨਾਂ 'ਚ ਪਰ ਇਧਰਲੇ ਪਾਸੇ ਦੇਖੋ ਕਿੰਨੇ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਦੂਜੇ ਪਾਸੇ ਨੌਜਵਾਨ ਕਿੰਨੇ ਘਰਾਚੋਂ ਵਾਲਾ ਹੁਣ ਨਹੀਂ ਭੱਜਣ ਵਾਲਾ ਤੇ ਦੇਖੋ ਫਿਰ ਨਹੀਂ ਰਿਸਾ ਹੈ ਐਂ ਫੜਿਆ ਗਿਆ ਕਿੱਟਾ ਹੈ ਮੈਦਾਨ ਦੇ ਵਿੱਚ ਇਹ ਪੁਆਇੰਟ ਰੇਟਰ ਦੇ ਲਈ ਜਾ ਚੜਿਆ ਹੈ ਕੁਲਾਰਾਂ ਦੀ ਟੀਮ ਦੇ ਹਿਸਾਬ ਜਿਹੜੇ ਸਾਡੇ ਵੀਰ ਕਬੱਡੀ ਦੇ ਕੋਚ ਟੀਮਾਂ ਲੈ ਕੇ ਆਏ ਹੈ ਸਭ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਰ ਇਧਰਲੇ ਪਾਸੇ ਦੇਖੋ ਕਿੰਨੇ ਨੌਜਵਾਨ ਉਸਾਹ ਕਬੱਡੀ ਪਾ ਰਹੇ ਹੈ ਬਾਬਾ ਨਿਰਵਾਣ ਦਾ ਜੀ ਸਪੋਰਟ ਕਰਦੇ ਲੰਗਰੋਈ ਦੇ ਬਲਵਾਨ ਕਹਿੰਦੇ ਸ਼ਾਨਦਾਰ ਕਬੱਡੀ ਦਾ ਕੱਪ ਅੱਜ ਕਹਿੰਦੇ 73ਵੇਂ ਸਾਲ ਦੇ ਵਿੱਚ ਪੁਜਾਇਆ ਹੈ ਦੁਸ਼ਹਿਰਾ ਮੇਲਾ ਖੇਡਿਆ ਜਾਂਦਾ ਹਰ ਸਾਲ ਅੱਜ ਦੇਖੋ ਕਹਿੰਦੇ ਵੱਡੀ ਰੌਣਕ ਤੇ ਲੱਗਿਆ ਹੋਇਆ ਦੂਜੇ ਪਾਸੇ ਜਫਾ ਤੇ ਅਮਰੀਕ ਮਟੋਲਨੇ ਵਾਲਾ ਜਦੋਂ ਖੇਡ ਆ ਰਿਹਾ ਨਾ ਤੇ ਉਦੋਂ ਵੀ ਉਮਰ ਖੜੀ ਰਹੀ ਹੈ ਅੱਜ ਵੀ ਕਹਿੰਦੇ ਉਮਰ ਖੜੀ ਦੇ ਇਸ਼ਾਰੇ ਤੇ ਪੁਆਇੰਟ ਜਾਫੀ ਦੇ ਲਈ ਜੁੜ ਰਹੇ ਹੈ ਗਾਗਲ ਦੀ ਟੀਮ ਪਹਾੜਪੁਰ ਦੇ ਨਾਲ ਖੇਡੂ ਕੇ ਪਹਾੜਪੁਰ ਆ ਗਈ
ਭਾਵਲ ਦੀ ਟੀਮ ਜਿਹੜੀ ਜਲਦੀ ਦੇ ਨਾਲ ਮੈਦਾਨ ਦੇ ਵਿੱਚ ਆ ਜਾਵੇ। ਚਨਾਗਰੇ ਦੇ ਨਾਲ ਸੰਘਰੇੜੀ ਦਾ ਮੈਚ ਹੋਣਾ ਹੈ, ਬਲਬੇੜੇ ਦੇ ਨਾਲ ਮੈਚ ਜਿਹੜਾ ਖੇਡਿਆ ਜਾਣਾ, ਨਾਭੇ ਦੀ ਟੀਮ ਦਾ ਵੀ ਆਪਣਾ ਕੋਲ ਰੈਡੀ ਕਰ ਲੈਣਾ। ਮੇਰੀ ਬੇਨਤੀ ਹੈ ਸਾਰੇ ਮੁਕਾਬਲੇ ਕਬੱਡੀ 55 ਕਿਲੋ ਭਾਰ ਦੇ ਦੂਸਰੇ ਰਾਉਂਡ ਦੇ ਖੇਡੇ ਜਾਣਗੇ। ਇਧਰਲੇ ਪਾਸੇ ਨਜ਼ਰ ਕਹਿੰਦੇ ਸਾਧ ਫੇਰ ਕਬੱਡੀ ਪਾ ਰਹੇ ਹੈ, ਦੂਜੇ ਪਾਸੇ ਨਜ਼ਰ ਕਹਿੰਦੇ ਤਿੰਨ ਖੜੇ ਹੈ ਮੈਦਾਨ ਦੇ ਵਿੱਚ। ਆਪਾਂ ਦੇਖਾਂਗੇ ਨਜ਼ਰ ਕਰ ਲੈ ਭਾਈ ਐਨ ਕਹਿੰਦੇ ਨਵਜਨ ਦਾ ਗੁੰਡਾ ਸਰੀਰ ਤੇ ਲੰਮੀ ਪਾਰੀ ਫੇਰ ਰਿਹਾ ਨਵਜਨ, ਅੰਕ ਜਿਹੜਾ ਨਜ਼ਰ ਧਾਵੀ ਦੇ ਹਿੱਸੇ ਦੇ ਵਿੱਚ ਜਾ ਜਿਹੜੇ ਘਰਾਂ ਚੋਂ ਦੀ ਟੀਮ ਦੇ ਲਈ ਚੱਲ ਗਈ। ਫਿਰ ਨਵਜਨ ਪਾ ਕਬੱਡੀ ਕੁਲਾਣਾ ਪਿੰਡ ਹੈ, ਐਨ ਦੇਖੋ ਕਿਵੇਂ ਮੈਦਾਨ ਦੇ ਵਿੱਚ ਨਵਜਨ ਨੇ ਪਾਈ ਹੋਈ ਕਬੱਡੀ, ਐਨ ਕਹਿੰਦੇ ਬਾਲ ਵੀ ਹਵਾ ਚੋੜਾੜੀਆਂ ਮਾਰਦੇ ਹੈ, ਗੱਲਾਂ ਹੋਣਗੀਆਂ। ਦੂਜੇ ਪਾਸੇ ਦੋ ਖੜੇ ਹੈ ਜਿਨ੍ਹਾਂ ਦੇ ਕਹਿੰਦੇ ਤਲਵਾਰਾਂ ਵਰਗੇ ਹੱਥ ਨੇ, ਜਦੋਂ ਮਾਰਦੇ ਆ ਨਾ ਫਿਰ ਗੱਸੀ ਪਾ ਦਿੰਦੇ ਆ। ਹੁਣ ਨਹੀਂ ਰੀਸਾ ਮੈਦਾਨ ਦੇ ਵਿੱਚ ਬਿੱਲੇ ਦੇ ਨਾਲ ਟੱਕਰ, ਨਹੀਂ ਰੀਸਾ ਕਿ ਦੁੱਧ ਦੀ ਰਾਖੀ ਬਿੱਲਾ ਬੈਠਾ, ਫਿਰ ਹੱਥ ਪੈਰ ਤਾਂ ਮਾਰੂ ਗਈ ਕਿ ਦੁੱਧ ਦੀ ਰਾਖੀ ਬਿੱਲਾ ਬੈਠਾ, ਫਿਰ ਹੱਥ ਪੈਰ ਤਾਂ ਮਾਰੂ ਗਈ। ਮੈਦਾਨ ਦੇ ਵਿੱਚ ਐਨ ਬਿੱਲੇ ਨੇ ਜਫਾ ਲਾ ਦਿੱਤਾ, ਬਿੱਲੇ ਦਾ ਘਰਾ ਕਿਉਂ ਪੈਂਦਾ ਜਿੱਤੇ ਕਹਿੰਦੇ ਬਾਬਾ ਫਕੀਰੀ ਆ ਦਾਸ ਜੀ ਅਪਾਰ ਕਿਰਪਾ ਮੇਰੇ ਮਿੱਤਰੋ। ਪਰ ਇੱਧਰਲੇ ਪਾਸੇ ਦੇਖੋ ਕਹਿੰਦੇ ਸਾਹ ਦੀ ਰੇੜ ਫੇਰ ਪੈ ਗਈ ਮੈਦਾਨ ਦੇ ਵਿੱਚ, ਦੂਜੇ ਪਾਸੇ ਤਿੰਨ ਜਾਫੀ ਖੜੇ ਹੈ ਕੁਲਾਰਾ ਪਿੰਡ ਵਾਲੇ ਸਾਹਮਣਾ ਕਰਦੇ ਆ ਮੈਦਾਨ ਦੇ ਵਿੱਚ। ਕਵੀ ਭਾਗਲ ਦੱਸੋ ਵੀ ਆ ਗਈ, ਭਾਗਲ ਦੀ ਟੀਮ ਹਾਲੇ ਤੱਕ ਨਹੀਂ ਪੁੱਜੀ ਜਲਦੀ ਨਾਲ, ਅਜੇ ਪਹਾੜਪੁਰ ਪੁੱਜੀ ਹੋਈ ਹੈ। ਇਹਦਾ ਮੈਚ ਜਿਹੜਾ ਭਾਗਲ ਦੇ ਨਾਲ ਹੋਣਾ, ਜਲਦੀ ਦੇ ਨਾਲ ਟੀਮ ਆ ਜੇ ਨਹੀਂ ਫਿਰ ਕੱਟੀ ਜਾਊ। ਚਨਾਗੜਾ ਤੇ ਸੰਘਰੇੜੀ, ਬਲਵੇੜਾ ਤੇ ਨਾਭਾ, ਇਹ ਸਾਰੇ ਮੈਚ ਹੋਣਗੇ। ਮੇਰੀ ਬੇਨਤੀ ਹੈ ਕਿਰਪਾ ਕਰਕੇ ਆਪਣੇ ਆਪ ਨੂੰ ਰੈਡੀ ਕਰਕੇ ਮੈਦਾਨ ਦੇ ਵਿੱਚ ਆ ਜਾਣ ਇਹ ਸਾਰੀਆਂ ਟੀਮਾਂ। ਇਧਰਲੇ ਪਾਸੇ ਮੈਦਾਨ ਦੇ ਵਿੱਚ ਐਨ ਕਹਿੰਦੇ ਲੱਗਦਾ ਹੋਇਆ ਤੁੰਨ ਕੇ ਜਸਾ ਮੇਰੀ ਸਰ ਨਵਜਨ ਤੇਰੀਆਂ 30 ਸਕਿੰਟਾਂ ਦਾ ਸਮਾਂ ਕਹਿੰਦੇ ਟਿੱਕ ਟਿੱਕ ਕਰਕੇ ਬੀਤ ਗਿਆ, ਤੇ ਪੁਆਇੰਟ ਜਾਫੀ ਦੇ ਵੀ ਜੁੜਦਾ ਰਿਹਾ। ਘਰਾ ਚੋਂ ਦੀ ਟੀਮ ਮਿਲੀ ਬਈ ਭਾਗਲ ਵਾਲੇ। ਹਾਂਜੀ, ਜਿਹੜੇ ਅਗਲਾ ਜਿਹੜਾ ਰਾਉਂਡ ਹੋਣਾ ਨਾ 55 ਕਿਲੋ ਦਾ, 15-15 ਰੇਡਾਂ ਰੱਖਣੀਆਂ ਨੇ, 15-15 ਠੀਕ ਹੈ ਜੀ। ਸਾਡੇ 14 ਦੇ 15 ਨੰਬਰਾਂ ਦੇ ਮੁਕਾਬਲੇ ਹੋਣਗੇ, ਸਾਡੇ ਵੀਰ ਤੇ ਸਾਰੇ ਕਬੱਡੀ ਦੇ ਪਲੇਅਰ ਨੋਟ ਕਰਨਗੇ ਵੀ ਜਿਹੜੇ ਸਾਡੇ 14-15 ਦੇ ਨੰਬਰ ਹੋਣਗੇ ਸਾਰੇ ਮੈਚਾਂ ਦੇ ਨੋਟ ਕਰਨਗੇ ਟੀਮਾਂ। ਬਈ ਭਾਗਲ ਵਾਲੇ ਆਓ ਯਾਰ, ਦਿਨ ਚੜ੍ਹਦਾ ਨਹੀਂ ਛਿਪਦਾ, ਪਲੀਜ਼ ਆ ਜਾਓ, ਸਮਾਂ ਬਹੁਤ ਹੋ ਗਿਆ। ਕਵੀ ਇੱਥੇ ਰੁਕ ਜਾਓ ਕਿਉਂਕਿ 2-3 ਕਬੱਡੀਆਂ ਜਿਹੜੀਆਂ ਇਸ ਮੁਕਾਬਲੇ ਦੀਆਂ ਬਾਕੀ ਰਹਿੰਦੀਆਂ। ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ। ਪਰ ਇੱਧਰਲੇ ਪਾਸੇ ਦੇਖੋ ਕਿਵੇਂ ਕੁਲਾਰਾ ਵਾਲਾ, ਨਾ ਇੱਧਰਲੇ ਪਾਸੇ ਕਹਿੰਦੇ ਨੌਜਵਾਨ ਕੁਲਾਣਾ ਵਾਲਾ ਫੇਰ ਰੇਡ ਪਾ ਰਹੇ ਹੈ, ਦੂਜੇ ਪਾਸੇ ਬਿੱਲੇ ਦੇ ਨਾਲ ਟੱਕਰ। ਹੁਣ ਨਹੀਂ ਰੀਸਾ ਮੈਦਾਨ ਦੇ ਵਿੱਚ, ਜਿਵੇਂ ਅਮਰੀਕ ਕਹਿੰਦਾ ਹੁੰਦਾ ਨਾ ਵੀ ਜਦੋਂ ਦੁੱਧ ਪੀਂਦਾ ਬਿੱਲਾ ਤੇ ਬੁਰਾ ਉਦੋਂ ਨਹੀਂ ਲੱਗਦਾ, ਜਦੋਂ ਪੀ ਕੇ ਫਿਰ ਐਨ ਬਨੇਰੇ ਉੱਤੇ ਬਹਿ ਕੇ ਮੁੱਛਾਂ ਤੇ ਹੱਥ ਮਾਰਦਾ ਨਾ, ਤੇ ਉਦੋਂ ਗੱਲ ਵੱਖਰੀ ਹੁੰਦੀ ਆ। ਕਰਾਚੋ ਬਸਟ ਕਰਾਚੋ ਦੀ ਟੀਮ ਜਿਹੜੀ ਫਾਸਟ ਹੈ, ਸੈਕਿੰਡ ਜਿਹੜੀ ਇੱਕ ਲਾੜਾਂ ਦੀ ਟੀਮ ਹੈ। ਮੈਂ ਵੀ ਇਹਨਾਂ ਨੂੰ 2 ਮਿੰਟ ਦੀ ਰੈਸਟ ਦਵਾ ਦਿਓ 15 ਅੰਕਾਂ ਤੋਂ ਬਾਅਦ।
ਅੱਜ ਪਹਿਲੀ ਰੇਡ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ। ਇਹ ਹੈ ਕਹਿੰਦੇ ਪਹਾੜਪੁਰ ਦੀ ਟੀਮ ਦੀ ਖੇਡ ਦਾ ਨਜ਼ਰ ਦੇਜਣਾ ਪਿੰਡ ਦਾ ਨੰਬਰ ਦਾ ਇੱਕ ਪਾਸੇ ਦੇਜਣਾ ਵਾਲੇ ਦਾ ਦੇਜਣਾ ਵਾਲੇ ਦਾ ਮੁਕਾਬਲਾ ਲਓ ਖੇਡ ਮੈਦਾਨ ਵਿੱਚ। ਪਹਿਲੀ ਰੇਡ ਦੇ ਪੱਲੇ 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 ਮਾਰਦੋ ਤਾੜੀ ਇੱਕੋ ਪਿੰਡ ਦੇ ਇੱਥੇ ਕੋਈ ਨਾ ਕਿਸੇ ਲਈ ਮਰਦਾ ਜੀ ਹਰ ਕੋਈ ਆਪਣਾ ਕਰਦਾ ਜੀ ਉਹੀ ਢਾਉਂਦਾ ਨਾ ਦਿੰਦੇ ਨੂੰ ਜਿਹੜਾ ਭੇਟੀ ਹੁੰਦਾ ਸਾਨੂੰ ਮਾਲੀ ਮਦਦ ਭੇਜੀ ਗਈ ਆ ਤੇ ਜਿਹੜੀ ਟੀਮ ਜਿੱਤੂਗੀ ਉਹਦੇ ਲਈ 100 ਰੁਪਏ ਸਪੈਸ਼ਲ ਇਨਾਮ ਹੈ। ਬਹੁਤ ਬਹੁਤ ਧੰਨਵਾਦ ਜੀ ਸਾਰੇ ਦਾਨੀ ਵੀਰਾਂ ਦਾ ਕਿਉਂਕਿ ਇਹਨਾਂ ਸਹਿਯੋਗੀ ਸੱਜਣਾਂ ਦੇ ਨਾਲ ਹੀ ਅਜੇ ਖੇਡ ਵੇਲੇ ਹੁੰਦੇ ਪਏ। ਗੁਰਪ੍ਰੀਤ ਸਿੰਘ ਜਾਲਵੇਂ ਪਾਸੇ ਪਰ ਗਰਾਊਂਡ ਵਿੱਚ ਕਹਿੰਦੇ ਟੱਚ ਨਹੀਂ ਲੱਗਿਆ ਹਰ ਟੱਚ ਮਾਰਿਆ ਤੇ ਮੁੰਡਾ ਕਹਿੰਦੇ ਹੈਪੀ ਚਰਾਂਗਰੇ ਵਾਲਾ ਇੱਕ ਲੱਖਾਂ ਦੇ ਪੁਆਇੰਟ ਦਾ ਵਾਧਾ ਆਪਣੀ ਟੀਮ ਲਈ ਕਰਦਾ ਹੈ। ਮੇਰੀ ਬੇਨਤੀ ਵੇਟ 65 ਕਿਲੋ ਵਾਲਿਆਂ ਨੂੰ ਕਿ ਆਪਣੀ ਐਂਟਰੀ ਜਮ੍ਹਾਂ ਕਰਵਾ ਲੈਣਾ। ਪਰ ਇੱਧਰ ਕਹਿੰਦੇ ਆ ਗਏ ਲਾਲੇ ਵਰਗੇ ਲਾਲਾ ਕਰੈਕਟਰ ਵੀ ਆਇਆ ਤੇ ਬੜਾ ਧੰਨਵਾਦ ਹੈ ਤਿੰਨ ਚਾਰ ਸਾਲਾਂ ਬਾਅਦ ਤੋਂ ਗਰਾਊਂਡ ਨਾਲ ਜੁੜਿਆ। ਪਰ ਨੰਬਰਦਾਰ ਦੀ ਕਾਉਂਟੀਆਂ ਕਹਿੰਦੇ ਗਰਾਊਂਡ ਵਿੱਚ ਇੱਕ ਪਾਸੇ ਜਾਫੀ ਵੀ ਦੇਖਣਾ ਪਿੰਡਦਾ ਰੇਟਰ ਵੀ ਕਹਿੰਦੇ ਦੇਖਣਾ ਪਿੰਡਦਾ ਮੁਕਾਬਲਾ ਪੂਰਾ ਸਖਤ ਹੈ। ਖੰਡ ਵੀ ਆਇਆ ਦੇਖ ਲੋ ਖੰਡ ਮੁਕਾਬਲਾ ਪੂਰਾ ਸਖਤ ਹੈ। ਪੱਲੇ 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 ਇਹ ਬਾਤ ਤਾਣੀ ਨਹੀਂ ਰਿਸਾ ਡਰ ਸਾਹਿਬ ਰੇਟਰ ਦੀ ਜਾਫੀ ਇੱਕੋ ਪਿੰਡ ਨੇ ਪਰ ਆਪਸ ਚ ਕਹਿੰਦੇ ਆਏ ਹੈ ਜਿਵੇਂ ਕਾਟੀ ਕਹਿੰਦੇ ਜਿਹੜਾ ਇੱਕ ਦੂਜੇ ਨੂੰ ਜਾਂਦੇ ਕਾਟੀ ਹੈ ਜਿਵੇਂ ਕਹਿੰਦੇ ਚਨੇੜੀ ਦੀਆਂ ਦੋਨੋਂ ਟੀਮਾਂ ਦੀ ਰਹੀ ਹੈ। ਪਰ ਦੇਖੋ ਕਹਿੰਦੇ ਰੇਡ ਪਾਉਣ ਦੇ ਲਈ ਇਹ ਆ ਹੈਪੀ ਇੱਕ ਪਾਸੇ ਜੋਤੀ ਲੱਗਿਆ ਜਿਹੜਾ ਪਾਲੇ ਦਾ ਫੈਨ ਹੈ ਤੇ ਆਹ ਮੁੰਡਾ ਗੁਰਪ੍ਰੀਤ ਸਿੰਘ ਜਾਲਮ ਘੱਗਿਆ ਵਾਲੇ ਸ਼ਕਤੀ ਦਾ ਤਿਆਰ ਕੀਤਾ ਖਿਡਾਰੀ। ਪਰ ਕਹਿੰਦੇ ਹੈਪੀ ਕਹਿੰਦਾ ਇਹ ਹੱਟ ਪਿੱਛੇ ਤੇਰੇ ਜੇ ਵੀ ਫਿਰਦੇ ਮਾਤਾ ਪੌਂਗਲਾਂ ਤੇ ਦੁਨੀਆ ਮਚਾਈ ਹੋਈ ਹੈ ਆ ਗਿਆ ਕਹਿੰਦੇ ਰੇਡ ਪਾਉਣ ਦੇ ਵਾਸਤੇ ਇਹ ਆ ਟਕਰਾਲੇ ਵਾਲੇ ਰਾਜ ਦਾ ਤਿਆਰ ਕੀਤਾ ਖਿਡਾਰੀ। ਸਾਡੇ ਬਹੁਤ ਹੀ ਸਤਿਕਾਰਯੋਗ ਭਗਤ ਸਿੰਘ ਜੀ ਡਰੌਲਾ ਸਾਨੂੰ 1100 ਰੁਪਏ ਦੀ ਮਾਲੀ ਮਦਦ ਭੇਜਦੇ ਹਨ ਸੋ ਬਹੁਤ ਬਹੁਤ ਧੰਨਵਾਦ। ਬੀਤੀ ਇੰਗਲੈਂਡ ਨਗਰੋਈ ਤੋਂ ਇਹ ਸਾਨੂੰ 2100 ਰੁਪਏ ਮਾਲੀ ਮਦਦ ਭੇਜਦੇ ਹਨ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇੱਕ ਟੀਮ ਘੀ ਦਾ ਸਾਨੂੰ ਮਾਲੀ ਮਦਦ ਭੇਜਦੇ ਹਨ ਸੋ ਬਹੁਤ ਬਹੁਤ ਧੰਨਵਾਦ। ਕਰਨੈਲ ਸਿੰਘ ਜੀ ਨੰਬਰਦਾਰ ਸਾਹਿਬ ਡਰੌਲੀ ਤੋਂ 1100 ਰੁਪਏ ਤੇ ਇੱਕ ਟੀਮ ਘੀ ਦਾ ਭਗਤ ਸਿੰਘ ਡਰੌਲੀ ਤੋਂ 500 ਰੁਪਏ ਸਾਨੂੰ ਮਾਲੀ ਮਦਦ ਭੇਜਦੇ ਹਨ ਸੋ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਆਸ ਕਰਦੇ ਹਾਂ ਵੀ ਸਾਡੇ ਇਸ ਖੇਡ ਮੇਲੇ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣ ਸੋ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਗੁਰਨੈਬ ਸਿੰਘ ਜੀ ਬਰਨ ਸਾਹਿਬ ਸਾਡੀ ਜ਼ਿੰਦਗੀ ਦਾ ਮਨ ਦੱਸ ਰਿਹਾ ਇਹਨਾਂ ਸਾਰੇ ਦਾਨੀ ਵੀਰਾਂ ਦੇ ਬਾਰੇ ਵੀ ਕਿਹਨੇ ਕਿੰਨਾ ਦਾਨ ਦਿੱਤਾ। ਸਾਰੇ ਦਾਨੀ ਵੀਰਾਂ ਦਾ ਧੰਨਵਾਦ ਹੈ ਕਿ ਦਾਨੀ ਤੇ ਭਗਤ ਸੂਰ ਮੇਂ ਤਿੰਨੋਂ ਜਗ ਜਿਉਂਦੇ ਨੇ ਮਣੀਆਂ ਤੇ ਮੇਲੇ ਲੱਗਦੇ ਲੋਕੀ ਨਾਲ ਲੈਂਦੇ ਆ। ਪਰ ਕਹਿੰਦੇ ਇੱਕ ਪਾਸੇ ਇਹ ਹੈ ਨਾਜ਼ਰ ਗੁਰਸੇਵਕ ਸਿੰਘ ਸੇਬੀ ਚੰਦ ਸਿੰਘ ਦਾ ਲਾੜਦਾ ਜਾਂ ਪੁੱਤ ਹੈ ਕਹਿੰਦੇ ਦੀਪੇ ਦੇਤਰਾ ਵਾਲੇ ਦਾ ਵੀਰ ਲਾਜਪੁਰ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਸਾਡੇ ਕੋਲ ਆਪਣੇ ਨਾਂ ਐਂਟਰ ਕਰਾ ਦਿਓ ਅਸੀਂ ਟਾਈਆਂ ਪਾਉਣ ਲੱਗੇ ਹਾਂ। ਕਬੱਡੀ 65 ਕਿਲੋ ਭਾਰ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਸਾਡੇ ਕੋਲ ਆਪਣੇ ਜਿਹੜੇ ਨਾਂ ਨੇ ਉਹ ਐਂਟਰ ਕਰਾ ਦਿਓ ਅਸੀਂ ਟਾਈਆਂ ਪਾਉਣ ਲੱਗੇ ਹਾਂ। ਲਓ ਕਹਿੰਦੇ ਗਰਾਊਂਡ ਦੇ ਵਿੱਚ ਟਾਈਆਂ ਪੈਣ ਜਾ ਰਹੀਆਂ ਨੇ। ਗੁਰਨੈਬ ਸਿੰਘ ਜੀ ਬਰਨ ਸਾਹਿਬ ਦੱਸ ਰਹੇ ਨੇ ਵੀ ਜੇ ਕੋਈ ਟੀਮ ਰਹਿੰਦੀ ਆਪਣੀ ਐਂਟਰੀ ਕਰਵਾ ਲੈਣ ਨਹੀਂ ਫਿਰ ਉਹਦੇ ਬਾਅਦ ਐਂਟਰੀ ਬੰਦ ਕਰ ਦਿੱਤੀ ਜਾਵੇਗੀ। ਹੈਪੀ ਕਹਿੰਦੇ ਇਹ ਆ ਸਵਰਗੀਆ ਕਾਕੇ ਸਿੰਘ ਦਾ ਪੁੱਤ ਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਜਾਲਵਾ। ਉਹ ਪੱਲੇ 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 ਮੁਕਾਬਲਾ ਕਿੱਥੇ ਆ ਕਿੱਥੇ ਆ ਚਨੇੜੀਆ ਕਾਲਾ ਦੱਸੂ ਵਾਹ। ਇੱਧਰ ਕਹਿੰਦੇ 30 ਸਕਿੰਟ ਹੋ ਗਏ ਤੇ ਕਾਲਾ ਲਾਈਨ ਬਣਾ ਦੇ ਬਈ। ਇਹ ਆ ਕਹਿੰਦੇ ਜਗਿੰਦਰ ਸਿੰਘ ਨੰਬਰਦਾਰ ਦਾ ਪੁੱਤ ਰੇਡ ਪਾਉਣ ਦੇ ਲਈ ਅੱਗੇ ਵਰਮਾਤ ਸੁਖਚੈਨ ਸਿੰਘ ਗੁੱਜਰ ਕੋਈ ਗੁੱਜਰਾਂ ਦਾ ਮੁੰਡਾ ਕਹਿੰਦਾ ਕੋਈ ਨੰਬਰਦਾਰਾਂ ਦਾ ਕਹਿੰਦਾ
ਪਰ ਰੇਡ ਪੈ ਰਹੀ ਹੈ ਇੱਕ ਪਾਸੇ ਗੁਰਤੇਜ ਸਿੰਘ ਚੌਕੀਦਾਰ ਭਰਪੂਰ ਸਿੰਘ ਦਾ ਪੁੱਤ ਵੀ ਲੱਗਿਆ ਪਰ ਇੱਧਰ ਕਹਿੰਦੇ ਇੱਕ ਪਾਸੇ ਚੰਦ ਸਿੰਘ ਦਾ ਕਹਿੰਦੇ ਪੁੱਤ ਲਾਓ ਕਮਾਲ ਕਰੀ ਜਾਂਦਾ ਨਹੀਂ ਰਿਸਾ ਇੱਕੋ ਪਿੰਡ ਦੇ ਜਾਫੀ ਦੇ ਦਿੰਦਾ ਬਣਦਾ ਤੇ ਕਨੇਡਰ ਵੀ ਦੇ ਦਿੰਦਾ ਗਾ ਉਹ ਭੱਲੇ 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 ਆ ਕੀ ਹੋ ਗਿਆ ਆ ਕੀ ਹੋ ਗਿਆ ਛੱਡਦੇ ਹੁਣ ਤਾਂ ਤੀਹ ਸਕਿੰਟ ਹੋ ਗਏ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਗੜਬਾ ਦਾ ਜੀ ਦੋਨੇ ਟੀਮਾਂ ਨੂੰ 20 ਰੁਪਏ ਇਨਾਮ ਭੇਜਦੇ ਹਨ ਸੋ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਚੰਦ ਸਿੰਘ ਜੀ ਲੰਬੜਦਾਰ ਸਾਹਿਬ ਦੋਨੇ ਟੀਮਾਂ ਨੂੰ 50-50 ਰੁਪਏ ਇਨਾਮ ਭੇਜਦੇ ਹਨ ਸੋ ਬਹੁਤ ਬਹੁਤ ਧੰਨਵਾਦ ਇਧਰ ਸਾਡੇ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਨੇ ਬਾਬਾ ਗੜਬਾ ਦਾਸ ਜੀ ਉਹਨਾਂ ਵੱਲੋਂ ਵੀ ਕਹਿੰਦੇ ਵੱਡੇ ਸਤਿਕਾਰ ਦਿੱਤੇ ਜਾ ਰਹੇ ਵੱਡਾ ਘਰ ਵੱਲ ਘੇਰਿਆ ਦੇਖੋ ਫਿਰ ਮੁਕਾਬਲਾ ਕਹਿੰਦੇ ਸਖਤਾ ਹੈ ਇਹ ਆ ਕਹਿੰਦੇ ਚੌਕੀਦਾਰ ਭਰਪੂਰ ਸਿੰਘ ਦਾ ਪੁੱਤ ਗੁਰਤੇਜ ਸਿੰਘ ਸਲੇਟਾ ਕਹਿੰਦੇ ਦੁਨੀਆ ਇੱਕ ਕੈਨੇਡਾ ਦੇ ਵਿੱਚ ਰਹਿਣ ਲੱਗ ਗਿਆ ਇੱਕ ਕਹਿੰਦੇ ਆਹ ਨਜ਼ਰ ਕਰਾਉਂਦਾ ਕਰਾਉਂਦੇ ਚੱਕ ਪੱਲੇ ਪੱਲੇ ਇਹ ਆ ਕਹਿੰਦੇ ਸੁਰਜੀਤ ਚਨਾਗਰੇ ਵਾਲੇ ਦਾ ਪਿਆਰ ਕੀਤਾ ਹਰਾਰੀ ਕਰਾਉਂਦਾ ਤਸੱਲੀਆ ਪੱਖਾ ਕਹਿੰਦੇ ਚਲਾਉਂਦਾ ਕਿ ਚੱਪਾ 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 ਚਰਖਾ ਚੱਲੇ ਲਾ ਦੇਖੋ ਸਾਹਮਣੇ ਘੁੰਮ 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 ਰੱਖਿਆ ਪਰ ਇੱਧਰ ਹੀ ਮੁੰਡਾ ਅੱਗੇ ਵੱਲ ਵਧਿਆ ਇੱਕ ਪਾਸੇ ਜੋਤੀ ਖੜਾ ਨਾਲ ਕਹਿੰਦੇ ਗੁਰਪ੍ਰੀਤ ਸਿੰਘ ਜਨਮ ਲਓ ਧੱਕੇ ਪਿੰਡ ਦਾ ਖੜਾ ਹੁਣ ਤਿੰਨ ਜਾਫੀਆਂ ਦੀ ਚੰਦ ਚ ਇਹ ਕਹਿੰਦੇ ਨਜ਼ਰ ਚਨਾਗਰੇ ਵਾਲਾ ਹਰਪ੍ਰੀਤ ਸਿੰਘ ਹੈਪੀ ਲਓ ਇੱਕ ਜਰਗੜੀ ਦਾ ਹੋਇਆ ਤੇ ਇੱਕ ਆ ਰਿਹਾ ਕਹਿੰਦੇ ਨਜ਼ਰ ਹੈਪੀ ਲਓ ਸਾਹਮਣੇ ਇੱਕ ਪਾਸੇ ਨਜ਼ਰ ਕਰਦਾ ਜੋਤੀ ਟਾਈ ਤੇ ਪੁਆਇੰਟ ਆਪਾਂ ਵੇਖਦੇ ਇੱਕ ਬਿਰਧ ਦਾ ਪ੍ਰਸਿੱਧ ਹੋਇਆ ਕਹਿੰਦੇ ਸੁਰਖਪੁਰ ਦਾ ਦੁੱਲਾ ਨੰਬਰਦਾਰਾਂ ਦਾ ਮੁੰਡਾ ਤੇ ਕਹਿੰਦੇ ਆਹ ਵੀ ਨਜ਼ਰ ਨੰਬਰਦਾਰ ਕਬੱਡੀ ਪਾਰੇ ਕਪਿਆਲ ਦਾ ਪ੍ਰਸਿੱਧ ਹੋਇਆ ਲਓ ਹੁਣ ਦੇਖਾਂਗੇ ਸਾਹਮਣੇ ਗੁਰਤੇਜ ਸਿੰਘ ਸਲੇਟਾ ਇੱਕ ਪਾਸੇ ਤੇ ਦੂਜੇ ਪਾਸੇ ਚੈਕੀ ਕਹਿੰਦੇ ਨੰਬਰਦਾਰ ਭੱਜ ਤੁਰਿਆ ਤੇ ਪੁਆਇੰਟ ਆਪਣੀ ਐਂਟਰੀ ਕਰਵਾ ਲੈਣ ਵੇਟ 65 ਕਿਲੋ ਜਦੋਂ ਟਾਈਆਂ ਪੈ ਗਈਆਂ ਤਾਂ ਐਂਟਰੀ ਬੰਦ ਹੋਵੇਗੀ ਹੈਪੀ ਡੀਜੇ ਸਾਊਂਡ ਟਕਾਲੇ ਵਾਲਿਆਂ ਦੇ ਖੜਕ ਦੇ ਸਪੀਕਰ ਹੈ ਅੱਜ ਕਹਿੰਦੇ ਇੱਕ ਦੋ ਤਿੰਨ ਤੇ ਲਾਈਵ ਵੀ ਕੀਤਾ ਜਾਊ ਇੱਧਰ ਜੇ ਐਸ ਸਟੂਡੀਓ ਲੰਗੜੋਈ ਵਾਲਿਆਂ ਦਾ ਵੀ ਧੰਨਵਾਦ ਹੈ ਸਾਡੇ ਭਰਾਵਾਂ ਦਾ ਲਓ ਪਈ ਹੋਈ ਰੇਡ ਹੁਣ ਦੇਖੋ 30 ਸਕਿੰਟਾਂ ਚ ਕੁਝ ਪਲ ਬੀਤ ਗਏ ਕੁਝ ਮਿੱਤਰ ਵਾਲੇ ਆ ਹੈਪੀ ਲਾ ਟੱਚ ਤੇ ਨਾਜ਼ਰ ਕਹਿੰਦੇ ਗੁਰਪ੍ਰੀਤ ਸਿੰਘ ਜਾਲਮ ਇੱਕ ਪਾਸੇ ਹੋ ਗਈ ਧੰਨ ਧੰਨ ਮੇਰੇ ਪੰਜਾਬੀ ਮਿੱਤਰੋ ਇੱਧਰ 65 ਕਿਲੋ ਦੀਆਂ ਟੀਮਾਂ ਆਪਣੀ ਐਂਟਰੀ ਕਰਵਾ ਲੈਣ ਪਰ ਅਗਲੀ ਰੇਡ ਪਾਉਣ ਦੇ ਵਾਸਤੇ ਕਹਿੰਦੇ ਸੁਖਚੈਨ ਸਿੰਘ ਨੰਬਰਦਾਰ ਅੱਗੇ ਵੱਲ ਵਧਿਆ ਹੋਇਆ ਹੁਣ ਦੇਖੋ ਨੰਬਰਦਾਰਾਂ ਦੇ ਮੁੰਡੇ ਦੀ ਕੌਡੀ ਹੈ ਕਿ ਨੰਬਰਦਾਰਾਂ ਵੇ ਸਰਦਾਰਾਂ ਪੱਟ ਕੇ ਨਰਮਾ ਬੀਜ ਦੁਬਾਰਾ ਹੋ ਜੂ ਫਸਲ ਬਥੇਰੀ ਵੇ ਸੂਟ ਸਮਾ ਦੇ ਮਾਹੀਆਂ ਨੇ ਤਾਂ ਫਿਰ ਮਰਜ਼ੀ ਤੇਰੀ ਵੇ ਉਹ ਇੱਕ ਪਾਸੇ ਜਦੋਂ ਕਿਸੇ ਦੀ ਲੱਗਦੀ ਹੋਵੇ ਨਾ ਜੱਟਿਆ ਤੇ ਫਿਰ ਇੱਥੋਂ ਪਤਾ ਲੱਗਦਾ ਵੀ ਕਿੰਨੀਆਂ ਕੁ ਮੌਕੀਆਂ ਵਰਸਦੇ ਨੇ ਗਰਾਊਂਡ 'ਚ ਕਿ ਹਿੱਕਾਂ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਣਗੇ ਵਿੱਚ ਮੈਦਾਨ ਅੰਦਰ ਲਓ ਦੇਖੋ ਅੱਜ ਪਤਾ ਲੱਗ ਰਿਹਾ ਵੀ ਕੌਣ ਕਿੰਨੇ ਕੁ ਪਾਣੀ 'ਚ ਖੇਡ ਮੈਦਾਨ ਵਿੱਚ ਹੈਪੀ ਦੀ ਰੇਡ ਹੁਣ ਮੈਦਾਨ ਵਿੱਚ ਪੁਆਇੰਟ ਜਿਹੜਾ ਪਿਛਲਾ ਕਹਿੰਦੇ ਕੋਮਨ ਹੋ ਗਿਆ ਕਿ ਨਾ ਨੰਬਰ ਤੇਰਾ ਨਾ ਮੇਰਾ ਨੰਬਰ ਕੋਮਨ ਹੋ ਗਿਆ ਬਈ ਲਓ ਅੱਜ ਕਹਿੰਦੇ ਐਨ ਠੰਡੀ ਠੰਡੀ ਰੱਬ ਦੀ ਹਵਾ ਤੇ ਕਹਿੰਦੇ ਨਜ਼ਾਰਾ ਵੱਖਰਾ ਕਬੱਡੀ ਦੇ ਕੱਪ ਵਾਲਾ ਲੰਗੜੋਈ ਪਿੰਡ ਵਾਲਾ ਨਜ਼ਾਰਾ ਵੱਖਰਾ ਕਿ ਆ ਜੇ ਦੇਖ ਲੈ ਨਜ਼ਾਰਾ ਕਬੱਡੀ ਵਾਲੇ ਮੇਲੇ ਦਾ ਲਓ ਦੇਖੋ ਇੱਧਰ ਕਹਿੰਦੇ ਵਾਹ ਪਰ ਕਹਿੰਦੇ ਕਰਮ ਸਿੰਘ ਮੰਨਦਾ ਵੀ ਡਬਲ ਟੱਚ ਦੇ ਪੁਆਇੰਟ ਨਜ਼ਰ ਹੈਪੀ ਚਨਾਗਰੇ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੈ ਅਗਲੀ ਰੇਡ ਪਾਉਣ ਦੇ ਲਈ ਮੁੰਡਾ ਕਦੇ ਜੱਫੇ ਲਾਉਂਦਾ ਕਦੇ ਰੇਡਾ ਪਾਉਂਦਾ ਕਿ ਜੱਟ ਦੀ ਜੋਰ ਬਰੀ
ਰਿੜਕ ਰਿੜਕ ਮਰਜਾਣਾ ਕੀ ਜੱਟ ਦੀ ਜੂਨਪੁਰੀ ਲਾਓ ਫਾਈਨਲ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਲਾਓ ਕਹਿੰਦੇ ਪੇ ਹੋਏ ਰੇਡ ਦਿੱਤੇ ਇੱਕ ਪਾਸੇ ਅੱਜ ਕੱਲ੍ਹ ਕਹਿੰਦੇ ਮੁੰਡਾ ਫਿੱਟ ਹੋ ਗਿਆ ਲਾਓ ਦੇਖੋ ਆਹ ਮੁੰਡਾ ਵੀ ਤਕੜਾ ਖੇਡਦਾ ਇਹ ਕੌਣ ਹੈ ਇਹ ਕਹਿੰਦੇ ਬਾਪੂ ਜੀ ਪਿੰਡ ਦੇ ਵਿੱਚ ਨੰਬਰ ਕਹਿਣ ਚੌਕੀਦਾਰੀ ਕਰਦੇ ਨੇ ਇਹ ਕਹਿੰਦੇ ਨਾਜਨ ਚੌਕੀਦਾਰ ਭਰਪੂਰ ਸਿੰਘ ਦਾ ਪੁੱਤ ਗੁਰਤੇਜ ਸਿੰਘ ਲਮਸਰ ਪਰਿਵਾਰ ਦਾ ਫੜਿਆ ਗੁੱਟ ਮਾਰਦਾ ਤਾੜੀ ਮੁੰਡੇ ਦੇ ਨਾਲ ਉੱਤੇ ਇਹ ਭੱਜ ਲਿਆ ਹੁਣ ਦੇਖੋ ਸਾਹਮਣੇ ਇੱਕ ਪਾਸੇ ਨਾਜਨ ਦੂਰੇ ਟੁੱਟ ਕੇ ਪੈ ਗਿਆ ਜੋਤੀ ਜੋਤੀ ਤੇ ਹੈਪੀ ਦਾ ਮੁਕਾਬਲਾ ਹੈ ਪਰ ਹੈਪੀ ਆਪਣੀ ਟੀਮ ਲਈ ਕਹਿੰਦੇ ਆਪਣੀ ਟੀਮ ਨੂੰ ਹੈਪੀ ਕਰਨਾ ਹੈ ਇੱਕ ਲੱਖਾਂ ਦੇ ਮਾਲ ਦਾ ਵਾਅਦਾ ਕਰ ਰਹੇ ਆ ਕਿ ਹੋਵੇ ਠੰਡ ਕੜਾਕੇ ਦੀ ਜਾਂ ਲੋਹਾ ਗਰਮੀ ਦਾ ਕੁਝ ਪਾਉਣ ਦੀ ਖਾਤਰ ਡੰਡ ਬੈਠਕਾ ਕੱਟਣੇ ਪੈਂਦੇ ਨੇ ਦਿਲ ਵਿੱਚ ਹੋਵੇ ਜਜ਼ਬਾ ਜੋ ਕੁਝ ਕਰਕੇ ਦੱਸਣ ਦਾ ਕਿ ਸੁੱਖ ਆਰਾਮ ਨੀਂਦ ਬਿਸਤਰੇ ਛੱਡਣੇ ਪੈਂਦੇ ਨੇ ਕਿ ਸੁਖਬੀਰ ਸਰਾਵਾਂ ਬਣਿਆ ਹੀਰੋ ਖੇਡ ਕਬੱਡੀ ਦਾ ਕਿ ਗੱਭਰੂ ਪੁੱਤ ਮਾਵਾਂ ਦਾ ਰਾਜਿਆ ਨਾ ਚਮਕਾਉਂਦੇ ਨੇ ਨਾ ਚਮਕਦਾ ਨਾ ਖਿਡਾਰੀਆਂ ਦਾ ਪਰ ਉੱਧਰ ਬਿਨਾਂ ਸੰਘਰਸ਼ ਕੀਤਿਆਂ ਪੁਆਇੰਟ ਹੈਪੀ ਆਪਣੀ ਟੀਮ ਨੂੰ ਜੁੜ ਗਿਆ ਹੈਪੀ ਵੀ ਦੱਸਦਾ ਵੀ ਕਹਿੰਦਾ 80 ਕਿਲੋ ਦੇ ਮੈਚ ਚਨਾਗਰੇ ਪਿੰਡ ਵਿੱਚ ਹੋਣਗੇ ਤਰੀਕਾ ਕਹਿੰਦਾ ਜਾ ਕੇ ਆਪਾਂ ਇੱਕ ਦੋ ਦਿਨ 'ਚ ਕਲੀਅਰ ਕਰ ਦੇਣੀ ਆ ਚਨਾਗਰੇ ਪਿੰਡ ਵਿੱਚ ਵੀ ਕਾਲੀਆਂ ਰੌਣਕਾਂ ਲੱਗਣਗੀਆਂ ਲਓ ਕਹਿੰਦੇ ਪਹਿਲੀ ਰੇਡ ਹੁਣ ਦੇਖੋ ਸਾਹਮਣੇ ਨੰਬਰਦਾਰਾਂ ਦੇ ਮੁੰਡੇ ਦੀ ਲਓ ਦੇਖੋ ਸਾਹਮਣੇ ਇੱਕ ਪਾਸੇ ਨਾਜਨ ਚੌਕੀਦਾਰ ਭਰਪੂਰ ਸਿੰਘ ਦਾ ਲਾੜਲਾ ਜਿਹਾ ਪੁੱਤ ਹੈ ਗੁਰਤੇਜ ਸਿੰਘ ਕਰਦਾ ਟਰਾਈ ਤੇ ਨਵਾਂ ਦਿੱਲੀ ਕਬੱਡੀ ਇੱਕ ਪਿੰਡ ਓਪਨ ਦੀਆਂ ਟੀਮਾਂ ਨੂੰ ਵੀ ਬੇਨਤੀ ਹੈ ਵੀ ਆਪਣੇ ਜਿਹੜੇ ਨਾਂ ਨੇ ਸਾਡੇ ਕੋਲ ਇੰਟਰ ਕਰਾ ਦਿਓ ਕਿਉਂਕਿ ਅਸੀਂ 1 ਵਜੇ ਤੱਕ ਇਹਨਾਂ ਦੇ ਨਾਂ ਟੀਮਾਂ ਨੇ ਜਿਹੜੀਆਂ ਇੰਟਰ ਕਰਾਂਗੇ ਉਸ ਤੋਂ ਬਾਅਦ ਅਸੀਂ ਕੋਈ ਟੀਮ ਇੰਟਰ ਨਹੀਂ ਕਰਨੀ ਓਪਨ ਦੀਆਂ ਟੀਮਾਂ ਓਪਨ ਦੀਆਂ ਟੀਮਾਂ ਅਸੀਂ 1 ਵਜੇ ਤੋਂ ਬਾਅਦ ਕੋਈ ਇੰਟਰ ਨਹੀਂ ਕਰਨੀ ਤੇ ਕਬੱਡੀ 65 ਕਿਲੋ ਦੀਆਂ ਟੀਮਾਂ ਨੂੰ ਵੀ ਸੱਦਾ ਹੈ ਵੀ ਆਪਣੇ ਜਿਹੜੀਆਂ ਟੀਮਾਂ ਨੇ ਸਾਨੂੰ ਫੋਨ ਤੇ ਐਂਟਰ ਹੋਈਆਂ ਨੇ ਉਹਨਾਂ ਦਾ ਇੱਕ ਜੀ ਖਿਡਾਰੀ ਸਾਡੇ ਕੋਲ ਆ ਕੇ ਸੰਪਰਕ ਕਰੇ ਅਸੀਂ ਟਾਈਆਂ ਪਾਉਣ ਲੱਗੇ ਹਾਂ ਅਤੇ ਜੇ ਕੋਈ ਹੋਰ ਟੀਮ ਇੰਟਰ ਹੋਣਾ ਚਾਹੁੰਦੀ ਹੈ ਤਾਂ ਉਹ ਆਪਣਾ ਨਾਂ ਸਾਡੇ ਕੋਲ ਇੰਟਰ ਕਰਾ ਦੇ ਕਬੱਡੀ 65 ਕਿਲੋ ਲਾਓ ਇੱਕ ਪਾਸੇ ਨਾਜ਼ਰ ਫੜਦਾ ਗੁੱਟੇ ਮੈਨੂੰ ਲੱਗਦਾ ਪੱਟਾ ਲਿਆ ਕਦੇ ਕਿ ਤਾਂ ਮਾਰੇ ਭਲਵਾਨੀ ਰੇਡਰ ਦੂਰੇ ਕਰ ਦਿੰਦਾ ਹੈ ਘਟਦੇ ਅੱਗ ਪਲ ਮਿੰਟਾਂ ਵਿੱਚ ਪੂਰੇ ਕਰ ਦਿੰਦਾ ਹੈ ਬੁਰਜ ਜਹਾਂ ਕੇ ਰਵਿੰਦਰ ਜੀ ਨੇ ਸਾਂਗ ਪਹਾੜਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਪੰਜਾਬੀਆਂ ਦੀ ਮਾਣ ਮੱਤੀ ਖੇਡ ਅੱਜ ਕਹਿੰਦੇ ਪੂਰੀ ਦੁਨੀਆਂ 'ਚ ਪ੍ਰਫੁੱਲਤ ਹੈ ਲਓ ਪੰਜਾਬ 'ਚ ਖੇਡੀ ਜਾਂਦੀ ਖੇਡ ਕਬੱਡੀ ਹਰਿਆਣੇ ਵਿੱਚ ਵੀ ਖੇਡੀ ਜਾਣ ਲੱਗੀ ਹੈ ਤੇ ਗੋਰੇ ਤੇ ਕਾਲੇ ਵੀ ਖੇਡਦੇ ਆ ਅੱਜ ਕੱਲ੍ਹ ਲੜਕੇ ਵੀ ਖੇਡਦੇ ਆ ਪਰ ਕਹਿੰਦੇ ਨਾਜਨ ਹੈਪੀ ਭੱਜ ਤੁਰਿਆ ਇੱਕ ਲੱਖਾਂ 'ਚ ਪੜ ਦਾ ਵਾਧਾ ਆਪਣੀ ਟੀਮ ਲਈ ਕਰਦਾ 65 ਕਿਲੋ ਦੀ ਜੇ ਕੋਈ ਟੀਮ ਰਹਿੰਦੀ ਆ ਬਈ ਆਪਣੀ ਐਂਟਰੀ ਕਰਵਾ ਲਏ ਵੇਟ 65 ਕਿਲੋ ਤੇ ਸਾਡੇ ਕੰਡਾ ਕਬੱਡੀ ਵਾਲੇ ਵੀਰ ਉਹ ਵੀ ਕੰਡੇ ਨੂੰ ਸ਼ਿੰਗਾਰ ਲੈਣ ਤੇ ਜਿਹੜੇ ਟੀਮਾਂ ਐਂਟਰ ਹੋ ਗਏ ਉਹਨਾਂ ਦਾ ਵਜਨ ਕਰ ਦੇਣ ਕਿਉਂਕਿ ਇਸ ਮੈਚ ਤੋਂ ਬਾਅਦ ਕੰਟੀ ਨੂੰ ਮੁਕਾਬਲੇ ਹੋਣਗੇ ਇੱਕ ਪਾਸੇ ਆਪੇ ਆਪ ਆਊਟ ਹੋ ਗਿਆ ਆਪਣੇ ਆਪ ਕੋਈ ਵਧੀਆ ਜਾ ਲਓ ਕਹਿੰਦੇ ਅਗਲੀ ਰੇਡ ਇੱਕ ਡੰਡਾ ਲਿਓ ਵਧੀਆ ਜਾ ਲਓ ਪਹਿਲੀ ਰੇਡ ਦੇ ਉੱਤੇ ਹੁਣ ਦੇਖੋ ਸਾਹਮਣੇ ਤਿੰਨ ਸਟੋਪਰ ਪੂਰੇ ਤਿਆਰ ਵਰ ਤਿਆਰ ਨੇ ਹੈਪੀ ਨੇ ਕਹਿੰਦੇ ਡੌਲੇ ਦੇ ਉੱਤੇ ਸ਼ੇਰ ਖਣਵਾਇਆ ਤੇ ਦੇਖੋ ਸਮਧਰ ਜਿਹਾ ਕਰਦਾ ਲਓ ਪਹਿਲੀ ਰੇਡ ਆ ਮੁੰਡਾ ਕਹਿੰਦੇ ਐਨ ਬੜੀ ਹੁਸ਼ਿਆਰੀ ਦੇ ਨਾਲ ਟੱਚ ਮਾਰਦਾ ਤੇ ਪੁਆਇੰਟ ਆਪਣੀ ਟੀਮ ਨੂੰ ਜੋੜਦਾ
ਹਾਂ ਹਾਂ ਜੀ ਹਾਂ ਹਾਂ ਸਕੋਰ ਆਪਾਂ ਜ਼ਰੂਰ ਦੱਸਾਂਗੇ ਸਕੋਰ ਭਾਈ ਕਿੱਥੇ ਸਕੋਰਰ ਵੀਰ ਦਾ ਵੀ ਧੰਨਵਾਦ ਲਓ ਜੀ ਸਾਢੇ 18 ਪੁਆਇੰਟ ਨੇ ਜਿਹੜੇ ਚਨਾਗਰੇ ਪਿੰਡ ਦੇ ਤੇ 7 ਪੁਆਇੰਟ ਨੇ ਜਿਹੜੇ ਉਹ ਪਹਾੜਪੁਰ ਪਿੰਡ ਦੇ ਨੇ ਇੱਕ ਲੰਬੀ ਜਿਹੜੀ ਲੀਡ ਦੇ ਨਾਲ ਉਹ ਚਨਾਗਰੀ ਟੀਮ ਅੱਗੇ ਚੱਲ ਰਹੀ ਹੈ ਸਾਢੇ 18 ਤੇ 7 ਪੁਆਇੰਟਾਂ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਵਿੱਚ ਇਹ ਹਾਫ ਟਾਈਮ ਦਾ ਸਕੋਰ ਹੈ ਜੀ ਸਾਡੇ ਖੇਡ ਮੇਲੇ ਦੀ ਰੌਣਕ ਵਧਾਉਣ ਵਾਸਤੇ ਪਹੁੰਚੇ ਹਨ ਸੋ ਅਸੀਂ ਇਹਨਾਂ ਨੂੰ ਜੀ ਆਇਆ ਵੀ ਆਖਦੇ ਹਾਂ ਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਜੋ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਖੇਡ ਮੇਲੇ ਦੀ ਰੌਣਕ ਵਧਾਉਣ ਵਾਸਤੇ ਪਹੁੰਚੇ ਹਨ ਲਓ ਜੀ ਹਾਫ ਟਾਈਮ ਤੋਂ ਬਾਅਦ ਮੈਚ ਦੀ ਸ਼ੁਰੂਆਤ ਹੋ ਗਈ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਸ਼ੁਰੂ ਹੋ ਗਿਆ ਦੁਬਾਰਾ ਅੱਗੇ ਵੱਲ ਵਧਿਆ ਹੋਇਆ ਨਾ ਹੁਣ ਦੇਖੋ ਕੋਈ ਰੇਡ ਕਦੇ ਖੱਬੇ ਟੱਕ ਲੈਣ ਦੀ ਕੋਸ਼ਿਸ਼ ਕਰਦਾ ਕਦੇ ਸੱਜੇ ਨਾ ਹੁਣ ਦੇਖੋ ਇੱਕ ਪਾਸੇ ਨੰਬਰਦਾਰ ਆ ਮੁੰਡਾ ਪਿੰਡ ਵਾਲਾ ਫੜੂ ਕਰੇ ਨਾ ਪਰ ਦੂਜੇ ਪਾਸੇ ਦੇਖੋ ਇੱਧਰ ਪਹਿਲਾਂ ਕਹਿੰਦੇ ਟੱਚ ਹੋ ਗਿਆ ਆਓ ਦੇਖੋ ਮੁੰਡਾ ਕਹਿੰਦੇ ਤਕੜਾ ਜਿਹਾ ਸੀ ਇਹ ਬੱਲੇ 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 ਤੇ ਹਰਵਿੰਦਰ ਸਿੰਘ ਡਾਂਗੀ ਦਾ ਫੈਸਲਾ ਕਿ ਨਜ਼ਰ ਪੁਆਇੰਟ ਜਾਫੀ ਦੇ ਜੁੜਦਾ ਹੈ ਆਵੇ ਹੈਪੀ ਹੈਪੀ ਕਹਿੰਦੇ ਰੇਡ ਪਾਉਣ ਵਾਸਤੇ ਅੱਗੇ ਵੱਲ ਵਾਧਾ ਹੋਇਆ ਕਿ ਵਧਿਆ ਕਰ ਤੂੰ ਵਧਿਆ ਕਰ ਨਾ ਪੈਰ ਪਛਾਣੂ ਹਾਂਜੀ ਅਸੀਂ ਟਾਈਆਂ ਪਾਉਣ ਲੱਗੇ ਬਈ ਜੋ ਕਿ ਟੀਮ ਐਂਟਰ ਆਉਣਾ ਚਾਹੁੰਦੀ ਸਿਰਫ ਇੱਕ ਮਿੰਟ ਪਰਚੀਆਂ ਚੱਕਦੀਆਂ ਪਰਚੀਆਂ ਖੋਲਣ ਦੀ ਦੇਰੀ ਹੈ ਜੇ ਕੋਈ ਟੀਮ ਐਂਟਰ ਹੋਣਾ ਚਾਹੁੰਦੀ ਹੈ ਤਾਂ ਆ ਜਾਵੇ 65 ਕਿਲੋ ਕਬੱਡੀ 65 ਕਿਲੋ ਦੀ ਜਿਹੜੀ ਪਹਿਲੀ ਟੀਮ ਹੈ ਤ੍ਰੈ ਪਿੰਡ ਬਰਸਨ ਭਾਰਸੋਂ ਪਰ ਟੀਮ ਆਈ ਨੀ ਯਾਰ ਭਾਰਸੋਂ ਦੀ ਹਲੇ ਹੈਲੋ ਰੋ ਗਏ ਨਾ ਪਿੱਛੇ ਕਰੀਏ ਮੈਚ ਹਾਂਜੀ ਬਰਨ ਸਾਹਿਬ ਇੱਕ ਮੈਚ ਭਾਰਸੋਂ ਦੀ ਟੀਮ ਆ ਗਈ ਬਈ ਹਾਂਜੀ ਉਹਨੇ ਪਾਣੀ ਪੂਰੀ ਫਿਰ ਕੇ ਲਿਆਦਾ ਥੋੜੀ ਫਿਰ ਕੇ ਪਾਣੀ ਪੂਰੀ 2 ਵਜੇ ਸਕਾਵਾਂਗੇ 2 ਵਜੇ ਕੀ ਹੋਇਆ ਆ ਲੈਣਾ ਤੇ ਮਾਰ ਲਈ ਪਾਣੀ ਆ ਫੜ ਲਾ ਮੈਂ ਉਹ ਬੱਲੇ ਜੇ ਤੋ ਰਹਿਣ ਦੋ ਮੈਂ ਉਹ ਭਰਤੀ ਆ ਇੱਧਰ ਨੂੰ ਕਿਸੇ ਨੂੰ ਨਹੀਂ ਪੁੱਛ ਪੱਟ ਗਿਆ ਇੱਧਰ ਸਾਰਾ ਸਿਸਟਮ ਪੱਟ ਕੇ ਲਿਆਉਣਾ ਬੰਦ ਸਫੋਲੀ ਮਤ ਮਾਰ ਮਸ਼ਹੂਰ ਕਸਬਾ ਹੈ
ਕਿਸੇ ਜਾਣ ਪਹਿਚਾਣ ਦਾ ਹੱਕਾਜ ਨਹੀਂ। ਸੋਮਲੋ ਕਹਿੰਦੇ ਬੱਚਾ ਬੱਚਾ ਜਾਣਦਾ ਇੱਕ ਵਾਲੀਆਂ ਦਾ ਆਸਣ ਦੀ ਜਦੋਂ ਖੇਡ ਹੁੰਦੀ ਸੀ ਸੋਮੇ ਦੀ ਕਿਸਾਨੀ ਉਦੋਂ ਰੇਡ ਹੁੰਦੀ ਸੀ ਬੱਚਾ ਬੱਚਾ ਫੈਲ ਸੀ ਸੋਮੇ ਦੇ ਨਾਲ ਦਾ ਨਾਂਗੇ ਵਾਲੇ ਭਰਾਚੇ ਦਾ ਨਾਮ ਰੱਖਿਆ ਗਿਆ ਦਾ ਐਨ ਕਹਿੰਦੇ ਮੁੰਡੇ ਵਰਗੇ ਚਾਰ ਜਾਂ ਫੀਰ ਐਨ ਪ੍ਰਦੀਪ ਕੁਮਾਰ ਨਿਮਾਹੀ ਵਰਗੇ ਕਹਿੰਦੇ ਕਬੱਡੀ ਮਾਰ ਲਈ ਚਾਹ ਵਾਲਾ ਵੀਰ ਰੈਸੇ ਲਈ ਸਾਡੇ ਲਈ ਜ਼ਰੂਰ ਚਾਹ ਮੁੰਡੇ ਕਹਿੰਦੇ ਨੰਬਰ ਵਾਲੀ ਵੀਰ ਇੱਕ ਪਾਸੇ ਕਰਨ ਕਰਨ ਕਹਿੰਦੇ ਤੇ ਦੂਜੇ ਪਾਸੇ ਇਹਨਾਂ ਦਿਨ ਪ੍ਰੇਮ ਕਰਨ ਪ੍ਰੇਮ ਕਰਨ ਪ੍ਰੇਮ ਕਰਨ ਪ੍ਰੇਮ ਕਰਨ ਪ੍ਰੇਮ ਕਰਨ ਪ੍ਰੇਮ ਆ ਤਾਂ ਕਹਿੰਦੇ ਉਹ ਗੱਲ ਹੋ ਗਈ ਬੋਲੀ ਆ ਇੱਕ ਕੱਚਿਆ ਘਰਾਂ ਤੂੰ ਮੈਨੂੰ ਲਾਵੇ ਮਾਰ ਦੇ ਕਿੱਥੇ ਆ ਕੇ ਕਿੰਨੀ ਕਰਮਾਂ ਨੇ ਹਾਰ ਦੇ ਇੱਕ ਕੱਚਿਆ ਘਰਾਂ ਤੂੰ ਮੈਨੂੰ ਲਾਵੇ ਮਾਰ ਦੇ ਕਿੱਥੇ ਆ ਕੇ ਕਿੰਨੀ ਕਰਮਾਂ ਨੇ ਹਾਰ ਦੇ ਐਨ ਹੱਜਾਂ ਦੇ ਨਜ਼ਦੀਕ ਆ ਕੇ ਟਾਇਰ ਹੋ ਗਿਆ ਅਗਲੀ ਰੇਡ ਪਾਉਣ ਲਈ ਵੱਡਾ ਕਹਿੰਦੇ ਜਾਤੀ ਆ ਬੰਦਾ ਸ਼ਾਹ ਤਾਲੀ ਮਾਰੋ ਨਸਕੀ ਲਓ ਐਨ ਮੁੰਡੇ ਕਹਿੰਦੇ ਗੋਦੀ ਚੱਕਿਆ ਤੇ ਕਹਿੰਦੇ ਜਾਂ ਰੇਡ ਤੋਂ ਮੁੰਡਾ ਸਾਰੇ ਦੇ ਤਿਉਹਾਰ ਦੇ ਉੱਤੇ ਬਣਾਇਆ ਜਾਂਦਾ ਹੈ ਇਹ ਖੇਡ ਮੇਲਾ ਪਰ ਇੱਕ ਪਾਸੇ ਪੈਂਤੀ ਤੇ ਦੂਜੇ ਪਾਸੇ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿੰਦਾ ਤੇਰੀਆਂ ਨੂੰ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਫਰਸ ਵਰਸ ਪਚਾਵੇ ਤੂੰ ਤਾਂ ਮਿਹਰ ਕਰੀ ਜੇ ਸਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਬਹਿਦੀਆਂ ਰਹਿਣ ਵਧਾਈਆਂ ਅੱਜ ਰੰਗਲੇ ਪੰਜਾਬ ਦੀ ਪਵਿੱਤਰ ਧਰਤੀ ਮੇਰੇ ਮਿੱਤਰੋ ਜਿਵੇਂ ਪਟਿਆਲੇ ਦੀ ਪ੍ਰਸਿੱਧ ਧਰਤੀ ਹੈ ਪਿੰਡ ਲੰਗੜੋਈ ਜਿੱਥੇ ਕਿਤੇ ਵੀ ਧੰਤਾ ਬਾਬਾ ਨਿਰਮਾਣ ਦਾਸ ਜੀ ਯਾਦ ਵਿੱਚ ਹਰ ਸਾਲ ਵੱਡੇ ਜੋੜ ਮੇਲੇ ਲੱਗਦੇ ਹੈ ਔਰ ਨਾਲ ਹੀ ਕਬੱਡੀ ਦਾ ਜਿਹੜਾ ਮਹਾਕੁੰਭ ਬੜੀ ਧੂਮਧਾਮ ਦੇ ਨਾਲ ਕਰਵਾਇਆ ਜਾਂਦਾ ਹੈ ਔਰ ਆਪਾਂ ਸਵੇਰ ਤੋਂ ਇੱਕ ਵਜੇ ਦੀ ਕਬੱਡੀ ਦੇ ਮੁਕਾਬਲਿਆਂ ਨੂੰ ਤੱਕ ਰਹੇ ਹਾਂ ਤੇ ਇੱਕ ਦੋ ਮੁਕਾਬਲੇ ਸਾਡੇ ਕੋਲੇ ਵੱਜਦੀ ਕਬੱਡੀ ਦੇ ਬਾਕੀ ਹੈ ਸਾਡੇ ਕੋਲੇ 11 ਟੀਮਾਂ ਓਪਨ ਦੀਆਂ ਐਂਟਰ ਹੋ ਚੁੱਕੀਆਂ ਨੇ 5 ਟੀਮਾਂ ਸਿਰਫ ਹੋਰ ਐਂਟਰ ਕੀਤੀਆਂ ਜਾਣਗੀਆਂ ਜਿੰਨੀਆਂ ਵੀ ਕਬੱਡੀ ਓਪਨ ਦੀਆਂ ਟੀਮਾਂ ਇੱਥੇ ਆ ਗਈਆਂ ਸਾਡੇ ਕੋਲ ਆ ਕੇ ਆਪਣੇ ਨਾਂ ਦਰਜ ਕਰਵਾ ਦਿਓ ਬਾਅਦ ਚ ਕੋਈ ਰਿਸ਼ਤੇਦਾਰੀ ਨਾ ਕੱਢਿਓ ਕੋਈ ਰਿਹਾਗ ਨਾ ਕੱਢਿਓ ਤੇ ਕਿਸੇ ਤੋਂ ਕੋਈ ਫੋਨ ਨਾ ਕਰਵਾਇਆ ਵੀ ਸਾਡੀ ਟੀਮ ਐਂਟਰ ਨਹੀਂ ਕੀਤੀ ਇਹ ਸਾਰੇ ਜਾਣਦੇ ਆ ਕਿ ਇਹ ਜਿਹੜਾ ਖੇਡ ਮੇਲਾ ਸਮੇਂ ਸਿਰ ਸ਼ੁਰੂ ਹੁੰਦਾ ਹੈ ਤੇ ਸਮੇਂ ਸਿਰ ਹੀ ਖਤਮ ਹੁੰਦਾ ਹੈ 7:30 ਹਰ ਸਾਲ ਜਿਹੜਾ ਫਾਈਨਲ ਮੈਚ ਕਰਵਾਇਆ ਜਾਂਦਾ ਹੈ ਇਸ ਵਾਰ ਵੀ 7:30 ਜਿਹੜਾ ਫਾਈਨਲ ਮੈਚ ਕਰਵਾਇਆ ਜਾਵੇਗਾ ਬੇਨਤੀ ਹੈ ਮੇਰੀਆਂ ਟੀਮਾਂ ਨੂੰ ਜਿਹੜੀਆਂ 2-4 ਟੀਮਾਂ ਆ ਗਈਆਂ ਰਹਿੰਦੀਆਂ ਨੇ ਐਂਟਰ ਹੋਣ ਬੰਦੀਆਂ ਉਹ ਆ ਕੇ ਆਪਣੀ ਐਂਟਰੀ ਕਰਵਾ ਦਿਓ 5 ਮਿੰਟ ਲੋਡ ਕਰ ਲਓ ਕਬੱਡੀ ਉੱਪਰ ਵਾਲਿਓ ਅਸੀਂ ਟਾਈਆਂ ਪਾਉਣ ਲੱਗਿਆ ਕਬੱਡੀ ਉੱਪਰ ਦੀਆਂ ਬਾਅਦ ਚ ਕੋਈ ਵੀ ਨਾ ਕਿਹਾ ਸਾਡੀ ਕਿ ਟੀਮ ਐਂਟਰ ਨਹੀਂ ਕੀਤੀ ਅਸੀਂ ਕੱਦੇ ਆਏ ਬੈਠੇ ਆ ਜਾਂ ਅਸੀਂ ਫੋਨ ਕਰਿਆ ਸੀਗਾ ਜਾਂ ਅਸੀਂ ਫਲਾਣੇ ਨੂੰ ਕਿਹਾ ਸੀਗਾ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਣੀ ਇਸ ਕਰਕੇ 3,300 ਰੁਪਇਆ ਜਸਪਾਲ ਸਿੰਘ ਜੀ ਪਟਵਾਰੀ ਸਾਹਿਬ ਉਹਨਾਂ ਵੱਲੋਂ 2,500 ਰੁਪਇਆ ਵੀਰ ਚੰਦ ਖੁਰਮੀ ਜੀ ਭਾਂਗਰਾ ਜੂਲਰਸ ਉਹਨਾਂ ਵੱਲੋਂ 3,100 ਰੁਪਇਆ ਲਖਵਿੰਦਰ ਸਿੰਘ ਜੀ ਲੱਖਾ 3,100
ਸ਼ਮੀ ਸ਼ਰਮਾ ਜੀ ਪਟਿਆਲੇ ਵਾਲੇ, ਉਹਨਾਂ ਵੱਲੋਂ 3500 ਰੁਪਇਆ, ਡੀਕੇ ਐਜੂਕੇਸ਼ਨ ਵਾਲੇ ਸਾਰੇ ਵੀਰ ਉਹਨਾਂ ਵੱਲੋਂ 3000 ਰੁਪਇਆ ਜਿਸ ਕਬੱਡੀ ਕੱਪ ਦੇ ਲਈ ਹੈ, ਔਰ ਨਾਲ ਹੀ ਸਾਡੇ ਸਰੂਪ ਚੰਦ ਆਰਤੀਆ ਜੀ ਉਹਨਾਂ ਵੱਲੋਂ ਵੀ 3100 ਰੁਪਇਆ, ਔਰ ਨੀਲਾ ਵਰਮਾ ਜੀ ਵਰਮਾ ਜੂਲਰਸ ਵਾਲੇ ਉਹਨਾਂ ਵੱਲੋਂ ਵੀ 2100 ਰੁਪਇਆ, ਕ੍ਰਿਸ਼ਨ ਕੁਮਾਰ ਜੀ ਆਰਤੀਆ 2100, ਗਰਗ ਪਾਇਪ ਹਾਊਸ ਵਾਲੇ ਸਾਡੇ ਵੀਰ ਉਹਨਾਂ ਵੱਲੋਂ ਵੀ 2100 ਰੁਪਇਆ, ਸ਼ਿਆਮ ਲਾਲ ਪਟਿਆਲਾ ਜੀ ਉਹਨਾਂ ਵੱਲੋਂ ਵੀ 2100 ਰੁਪਇਆ, ਚਮਨ ਲਾਲ ਜੀ ਵਕੀਲ ਸਾਹਿਬ ਪਟਿਆਲੇ ਵਾਲੇ ਉਹਨਾਂ ਵੱਲੋਂ ਵੀ 2100 ਰੁਪਇਆ, ਸਰਦਾਰ ਬਲਕਾਰ ਸਿੰਘ ਜੀ ਸੈਕਟਰੀ ਭਾਂਗਲੇ ਵਾਲੇ ਉਹਨਾਂ ਵੱਲੋਂ 2000 ਰੁਪਇਆ, ਸੁਖਵਿੰਦਰ ਸਿੰਘ ਜੀ USA ਖੇੜੀ ਉਹਨਾਂ ਵੱਲੋਂ 1500 ਰੁਪਇਆ, ਸ਼ੰਕਰ ਲਾਲ ਜੀ ਬਟਾਲਾ ਉਹਨਾਂ ਵੱਲੋਂ ਵੀ 1500 ਰੁਪਏ ਦੀ ਸਹਾਇਤਾ ਅੱਜ ਇਸ ਕਬੱਡੀ ਕੱਪ ਲਈ ਹੈ। ਬਾਬਾ ਨਿਰਮਾਣ ਦਾਸ ਜੀ ਨੇ ਪਰਿਵਾਰਾਂ ਨੂੰ ਚੜ੍ਹਦੀ ਅਕਲਾਂ ਚ ਰੱਖਣ, ਦਿਨ ਦੁੱਗਣੀ ਤਰੱਕੀ ਬਖਸ਼ਣ ਜੀ। ਔਰ ਨਾਲੇ ਸਾਡੇ ਚੰਜੀ ਵਾਲਾ ਭਾਂਗੜਾ ਜੀ ਉਹਨਾਂ ਵੱਲੋਂ 500, ਲੱਖਾ ਭਾਂਗੜੀ ਜੀ 510 ਰੁਪਏ, SBI ਬ੍ਰਾਂਚ ਲਗੜੋਈ ਵਾਲੀ ਸਾਡੇ ਵੀਰ ਉਹਨਾਂ ਵੱਲੋਂ 1100 ਰੁਪਇਆ, ਅਨਮੋਲ ਹੇਅਰ ਡਰੈਸਰ ਉਹਨਾਂ ਵੱਲੋਂ 500 ਰੁਪਇਆ, ਗੁਰਬਖਸ਼ ਜੀ ਭਾਂਗੜੀ ਵਾਲੇ 1100, ਮਨਪ੍ਰੀਤ ਸਿੰਘ ਜੀ ਭਾਂਗੜਾ ਫੋਕਰ ਪਾਉਣ ਵਾਲੇ 1100, ਜਸ ਭਾਂਗੜਾ ਜੀ 1100, ਜਲਕਾਰ ਜੀ ਭਾਂਗੜਾ 500, ਚਟਹਿਰਾ ਫੀਲ ਵਾਲੇ ਮਨਜੀਤ ਸਿੰਘ ਜੀ ਚਟਹਿਰਾ ਵਾਲੇ ਉਹਨਾਂ ਵੱਲੋਂ 1100 ਰੁਪਇਆ, ਸੁੱਖਾ ਡਾਕਟਰ ਜੀ 500, ਰਾਜ ਕੁਮਾਰ ਡਾਕਟਰ ਜੀ ਉਹਨਾਂ ਵੱਲੋਂ 1100, ਠੇਕੇਦਾਰ ਲਾਲੀ ਜੀ 1100, ਕਮਲ ਆੜਤੀਆ ਜੀ 1100, ਲਕਸ਼ਮਣ ਮਿੱਤਲ ਜੀ ਉਹਨਾਂ ਵੱਲੋਂ 500, ਕਰਮਜੀਤ ਸਿੰਘ ਜੀ ਟੈਂਟ ਹਾਊਸ ਵਾਲੇ 1000, ਨਰਿੰਦਰ ਸਿੰਘ ਜੀ ਜੱਸੋਵਾਲ 1100, ਭਗਵੰਤ ਸਿੰਘ ਜੀ ਜੱਸੋਵਾਲ 1100, ਅਮਰਜੀਤ ਸਿੰਘ ਜੀ ਲਚਕਾਣੀ ਉਹਨਾਂ ਵੱਲੋਂ 1100, ਖੇਮ ਚੰਦ ਖੁਰਮੀ ਜੀ 1100 ਰੁਪਇਆ, ਅਵਤਾਰ ਸਿੰਘ ਤਾਰੀ ਜੀ 1100, ਪ੍ਰੀਤਮ ਸਿੰਘ ਜੀ ਡਰੌਲਾ 1100, ਸਾਡੇ ਸੂਲਰ ਮੈਨੇਜਰ ਜੀ 1200, ਮੋਬਾਈਲ ਗੁਰੂ ਵਾਲੇ ਸਾਰੇ ਜੀ 1100, ਅੰਜਲੀ ਗਲਾਸ ਹਾਊਸ ਸਮਾਣੇ ਵਾਲੇ 1100 ਰੁਪਇਆ, ਨੀਟੂ ਜੀ ਹੱਟੀ ਇਹਨਾਂ ਭਰਾਵਾਂ ਵੱਲੋਂ ਵੀ 500 ਰੁਪਏ ਦੇ ਵੱਡੇ ਸਹਿਯੋਗ ਹੈ, ਔਰ ਨਾਲੇ ਸਾਡੇ ਰਮੇਸ਼ ਸਮਾਣਾ ਜੀ ਉਹਨਾਂ ਵੱਲੋਂ 1100 ਰੁਪਇਆ, ਇਹਨਾਂ ਭਰਾਵਾਂ ਵੱਲੋਂ ਜਿਹੜੇ ਸਹਿਯੋਗ ਆਏ ਹੈ ਸਾਰੇ ਭਰਾਵਾਂ ਦਾ, ਸਾਡੀ ਬਾਬਾ ਨਿਰਮਾਣ ਦਾਸ ਖੇਡ ਕਲੱਬ ਦੇ ਵੱਲੋਂ ਸਾਰੇ ਭਰਾਵਾਂ ਦਾ ਵੱਡਾ ਥੈਂਕ ਯੂ ਕਰਦੇ ਹਾਂ। ਬਾਬਾ ਜੀ ਇਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਉਣ। ਔਰ ਨਾਲੇ ਸਾਡੇ ਨੈਬ ਸਿੰਘ ਭਾਂਗੜੇ ਵਾਲੇ ਉਹਨਾਂ ਵੱਲੋਂ 5000 ਰੁਪਇਆ, ਹਰਮੇਸ਼ ਗੋਇਲ ਜੀ ਬਟਾਲੇ ਵਾਲੇ 5100, ਕੇਵਲ ਸਿੰਘ ਜੀ ASC ਸਾਹਿਬ ਪਟਿਆਲਾ 5100, ਸ਼੍ਰੀ ਬਰਾਲੀਧਰ ਮਿੱਤਲ ਜੀ ਉਹਨਾਂ ਵੱਲੋਂ ਵੀ 5100 ਰੁਪਏ ਦਾ ਵੱਡਾ ਸਹਿਯੋਗ ਹੈ। ਤੇ ਨਾਲ ਹੀ ਸਾਡੇ ਕਿਸਾਨ ਮਸ਼ੀਨਰੀ ਸਟੋਰ ਵਾਲੇ ਸਾਡੇ ਬਹੁਤ ਹੀ ਪਿਆਰੇ ਭਰਾ ਉਹਨਾਂ ਵੱਲੋਂ 5100 ਰੁਪਇਆ, ਸਰਦਾਰ ਅਮਰੀਕ ਸਿੰਘ ਜੀ ਨਿਊਜ਼ੀਲੈਂਡ ਵਾਲੇ ਉਹਨਾਂ ਵੱਲੋਂ, ਸਾਡਾ ਮਨੀ ਸੰਧੂ ਨਿਊਜ਼ੀਲੈਂਡ, ਸਾਡੇ ਅਮਰੀਕ ਸਿੰਘ ਜੀ ਨਿਊਜ਼ੀਲੈਂਡ ਵਾਲੇ ਉਹਨਾਂ ਵੱਲੋਂ 5100, ਮਿੱਠੂ ਭਾਂਗੜੀ ਜੀ ਉਹਨਾਂ ਵੱਲੋਂ ਵੀ 5100, ਸਾਧੂ ਸਿੰਘ ਜੀ ਸਾਰਾ ਮਹਿਮਾ ਸਿੰਘ ਜੀ ਉਹਨਾਂ ਵੱਲੋਂ 1000 ਰੁਪਇਆ, ਅਜੈਬ ਸਿੰਘ ਜੀ ਡਰੌਲੇ ਵਾਲੇ 1000, ਸ਼ੈਲੀ ਪਟਿਆਲਾ ਜੀ 1100,
ਵਿਸ਼ਵ ਕੇਂਦਰ ਸਿੰਘ ਜੀ ਕਰੀਰ ਆਸਟ੍ਰੇਲੀਆ ਉਹਨਾਂ ਵੱਲੋਂ 3100 ਰੁਪਏ ਜੀ। ਸਾਡੇ ਜੋਗਿੰਦਰ ਸਿੰਘ ਜੀ ਟਰਾਲੇ ਵਾਲੇ PWD ਵਾਲੇ ਉਹਨਾਂ ਵੱਲੋਂ ਵੀ 1100 ਰੁਪਏ ਦੀ ਵੱਡੀ ਸਹਾਇਤਾ ਹੈ, ਉਹਨਾਂ ਦਾ ਵੀ ਧੰਨਵਾਦ। ਗੁਰਮੁਖ ਸਿੰਘ ਜੀ ਤੁੱਲੇਵਾਲ 4000 ਰੁਪਇਆ, ਹਰਦਮ ਸਿੰਘ ਜੀ ਡਰੋਲਾ 1000, ਭਗਤ ਸਿੰਘ ਜੀ ਡਰੋਲਾ 1100, ਵਿੱਕੀ ਇੰਗਲੈਂਡ ਜੀ 2100, ਕਰਵੈਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਵੱਲੋਂ 11000 ਰੁਪਇਆ। ਹਾਲੇ ਕਰਵੈਲ ਸਿੰਘ ਜੀ ਨੰਬਰਦਾਰ ਤੇ ਇੱਕ ਟੀਨ ਘਿਓ ਦਾ ਜੀ, ਇੱਕ ਟੀਨ ਘੀ ਦਾ ਤੇ 1100 ਰੁਪਇਆ ਕਰਵੈਲ ਸਿੰਘ ਜੀ ਨੰਬਰਦਾਰ ਸਾਹਿਬ ਡਰੋਲੀ ਵਾਲੇ, ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਕਰਨਾਲੀ ਬਖਤ ਸਿੰਘ ਜੀ ਡਰੋਲੀ ਉਹਨਾਂ ਵੱਲੋਂ 500, ਗੁਪਤਦਾਰ 50 ਰੁਪਏ ਤੇ ਗੁਪਤਦਾਰ 1000 ਰੁਪਇਆ। ਬਾਬਾ ਜੀ ਨਾਮ ਆਪ ਹੀ ਜਾਣਦੇ ਹੈ, ਇਹੀ ਅਰਦਾਸ ਹੈ ਕਿ ਇਹਨਾਂ ਪਰਿਵਾਰ ਨੂੰ ਲੱਖਾਂ ਰੁਪਇਆ ਬਖਸ਼ੀ ਪਰਮਾਤਮਾ, ਤੰਦਰੁਸਤੀਆਂ ਬਖਸ਼ੀ, ਦਿਨ ਦੁੱਗਣੀ ਜਾਂ ਚੌਗਣੀ ਤਰੱਕੀ ਬਖਸ਼ੀ। ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ। ਤੀਜੇ ਰਾਊਂਡ ਦਾ ਮੈਚ ਸ਼ੁਰੂ ਕਰੋ, ਫਿੰਦੂ ਜੀ ਨੰਬਰ ਕਰਿਓ। ਹਾਂਜੀ ਹਰੇਗੜ੍ਹ ਕੇਂਦਰ ਦੇ ਸਾਰੀ ਲੰਗਰ ਕਮੇਟੀ ਦਾ ਵੀ ਤਹਿ ਦਿਲੋਂ ਵੱਡਾ ਥੈਂਕ ਯੂ ਹੈ। ਭਾਗਲ ਦੀ ਕਮੇਟੀ ਜੀ ਭਾਗਲ ਸਾਰੇ ਲੰਗਰ ਦਾ ਵੱਡਾ ਸਹਿਯੋਗ ਹੈ ਇਸ ਕੇਂਦਰ ਕਰਨ ਨੂੰ ਦਿਖਾਉਣ ਦੇ ਲਈ ਵੱਡਾ ਧੰਨਵਾਦ। ਬਾਕੀ ਦਾ ਹਰੇਗੜ੍ਹ ਕੇਂਦਰ ਹਰਿਆਣੇ ਦਾ ਪਿੰਡ ਹੈ ਤੇ ਇਧਰ ਜਿਹੜੀ ਟੀਮ ਹੈ ਖੇਤਾਂ ਵਾਲੇ ਪਾਸੇ ਜਿਹੜੇ ਖੱਬਿਆ ਕਰੀਆਂ ਜਿਹੜੀ ਇਸ ਸਹਾਇਤਾ ਕਮੇਟੀ ਦਿਖਾ ਰਹੀ ਜੁਟਕਾ ਹੋਏ ਮੂਹਰੇ ਖੜੇ ਸਟਾਪਾਂ ਨੂੰ ਲਿਆ ਕੇ ਵਰਤਾ ਹੋਏ ਪਹਾੜਪੁਰ। ਪੰਜਵਾਂ ਮੈਚ ਹੈ ਕੋਟਲੀ ਖੁਰਦ ਤੇ ਸਾਗਰਵਾਸ, ਛੇਵਾਂ ਮੈਚ ਹੈ ਨਗਰਾਲਾ ਬੀ ਤੇ ਕੈਬਨਾਥ ਜਨਾਲ ਤੇ ਸੱਤਵਾਂ ਮੈਚ ਹੈ ਦੜਬਾ ਪਰਬੇਵਾਈ ਤੇ ਘੋੜੇ ਨਾਲ। ਇਹ ਸਾਰੀਆਂ ਟੀਮਾਂ ਆਪਣੇ ਮੈਚ ਜੋੜ ਕਰ ਲਓ, ਕੋਈ ਵੀ ਮੈਚ ਜਿਹੜਾ ਅੱਗੇ ਪਿੱਛੇ ਨਹੀਂ ਹੋਣਾ, ਸਾਰੀਆਂ ਟੀਮਾਂ ਧਿਆਨ ਦਿਓ। ਕਬੱਡੀ ਓਪਨ ਦਾ ਪਹਿਲਾ ਮੈਚ ਢਡੋਰੀ ਕਲੱਬ ਤੇ ਮਾਲਵਾ ਹਰਿਆਣਾ, ਦਰਬਾ ਪਿੰਡ ਤੇ ਪਹਾੜਪੁਰ, ਅਸਰੀ ਕਟਰਾਲਾ ਮਾੜਾ ਤੇ ਸਲੇਪੁਰ ਚੀਕਾ, ਬਾਬਾ ਦੀਪ ਸਿੰਘ ਕਲੱਬ ਅਮੀਰਗੜ੍ਹ ਤੇ ਬਲਵੇੜਾ, ਦਰਬਾ ਪਿੰਡ ਤੇ ਪਹਾੜਪੁਰ, ਕੋਟਲੀ ਖੁਰ ਤੇ ਸਾਗਰਵਾਸ, ਕਟਰਾਲਾ ਵੀ ਤੇ ਬਾਬਾ ਗੈਰਨਾਥ ਕਲੱਬ ਜਲਾਲ, ਦਰਬੇ ਵਾਲੀ ਦਰਬਾ ਪਰਬੇ ਵਾਲੀ ਤੇ ਘੋੜੇ ਨਾਲ। ਇਹ ਸਾਰੀਆਂ ਟੀਮਾਂ ਤਿਆਰ ਹੋ ਜਾਓ ਬਈ। ਸਾਡੇ ਕੋਲ ਜਗਾਲ ਦੀ ਟੀਮ ਹੁਣ ਪਹੁੰਚੀ ਹੈ, ਸਵੇਰ ਦਾ ਫੋਨ ਕੀਤਾ ਇਹਨਾਂ ਨੇ, ਪਰ ਜੇ ਇੱਕ ਟੀਮ ਹੋਰ ਹੈਗੀ ਤਾਂ ਇਹਨਾਂ ਦਾ ਮੈਚ ਹੋਊਗਾ, ਨਹੀਂ ਇਹਨਾਂ ਦਾ ਮੈਚ ਨਹੀਂ ਲਾਉਂਦੇ। ਬਸ ਠੀਕ ਹੈ ਜੀ, ਸਿਰਫ ਜਿਹੜੀ ਜੇ ਤਾਂ ਕੋਈ ਹੋਰ ਟੀਮ ਆ ਗਈ ਤਾਂ ਉਹਦਾ ਮੈਚ ਹੋਊਗਾ, ਨਹੀਂ ਫਿਰ ਮੈਚ ਜੋ ਬਾਕੀ ਟਾਈਆਂ ਐਂਟਰੀਆਂ ਜਿਹੜੀਆਂ ਬੰਦ ਨੇ। ਹੁਣ ਜਰਨੈਲ ਸਿੰਘ ਜੀ ਫੌਜੀ ਡਰੋਲੇ ਤੋਂ ਅਸੀਂ ਉਹਨੂੰ ਕਲੱਬ ਵੱਲੋਂ ਜੀ ਆਏ ਆਖਦੇ ਹਾਂ ਤੇ ਬੇਨਤੀ ਕਰਦੇ ਹਾਂ ਵੀ ਸਟੇਜ ਤੇ ਆ ਜਾਣ ਜਰਨੈਲ ਸਿੰਘ ਜੀ ਫੌਜੀ ਡਰੋਲੇ। ਹਾਂਜੀ ਇੱਕ ਬੇਨਤੀ ਆ, ਸਾਡੇ ਬਹੁਤ ਹੀ ਸਤਿਕਾਰਯੋਗ ਰਸ਼ਮਿੰਦਰ ਸਿੰਘ ਜੀ ਖੇੜੀ ਫਰਕਣ, ਬੱਗਾ ਸਰਪੰਚ ਜੀ ਸੈਦੀ ਕੋਲ ਸਾਡੇ ਦਰਮਿਆਨ ਪਹੁੰਚੇ ਹਨ, ਲਾਡੀ ਚੌਂਹਠ ਸਾਡੇ ਦਰਮਿਆਨ ਪਹੁੰਚੇ ਹਨ, ਅਸੀਂ ਉਹਨੂੰ ਕਲੱਬ ਵੱਲੋਂ ਜੀ ਆਏ ਆਖਦੇ ਹਾਂ ਤੇ ਨਾਲ ਹੀ ਬੇਨਤੀ ਕਰਦੇ ਹਾਂ ਵੀ ਸਟੇਜ ਤੇ ਆ ਜਾਓ। ਇੱਕ ਜਿਹੜੇ ਵੀਰ ਜੀ ਕਲੀ ਦੇ ਡਿਊਟੀ ਆ ਉਹਨੂੰ ਬੇਨਤੀ ਕਰਦੇ ਹਾਂ ਵੀ ਸਾਰੇ ਗਰਾਊਂਡ ਦੇ ਆਲੇ ਦੁਆਲੇ ਬਾਉਂਡਰੀ ਲਾਈਨ ਤੇ ਸੈਂਟਰ ਲਾਈਨ ਤੇ ਡੰਡਾ ਫੇਰ ਦੇਣਾ, ਜਿਹੜੇ ਵੀਰ ਜੀ ਕਲੀ ਦੇ ਡਿਊਟੀ ਆ ਉਸ ਤੋਂ ਬਾਅਦ ਕਲੀ ਪਾ ਦਿਓ,
ਪਾਲਾ ਸਿੰਘ ਜੀ ਟਰੋਲਾ ਸਾਨੂੰ 500 ਰੁਪਏ ਦੀ ਮਾਲੀ ਮਦਦ ਭੇਜਦੇ ਨੇ, ਬਹੁਤ ਬਹੁਤ ਧੰਨਵਾਦ। ਲਕਸ਼ਮਣ ਦਾਸ ਟਰੋਲਾ ਉਹ ਵੀ ਸਾਨੂੰ 500 ਰੁਪਏ ਦੀ ਮਾਲੀ ਮਦਦ ਭੇਜਦੇ ਨੇ, ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਕਲੱਬ ਮੈਂਬਰਾਂ ਕੋਲੋਂ ਸਨਮਾਨ ਜਿੰਨੇ ਜਿਹੜਾ ਹਾਸਲ ਕਰ ਲੈਣ ਜੀ। ਗੁਰਨਾਮ ਸਿੰਘ ਜੀ ਟਰੋਲੇ ਤੋਂ ਸਾਨੂੰ 500 ਰੁਪਏ ਮਾਲੀ ਮਦਦ ਭੇਜਦੇ ਨੇ, ਬਹੁਤ ਬਹੁਤ ਧੰਨਵਾਦ। ਲੈ ਵੀ ਕਸ਼ੂ ਟੰਡਾ ਲਿਓ ਸਾਰੇ ਗਰੇਵਾਲ ਟਰੋਲੇ ਤੋਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਟੇਜ ਤੇ ਆਏ ਜਿਸ ਨਾਲ ਕਲੱਬ ਵੱਲੋਂ ਜੀ ਆਇਆ ਵੀ ਆ ਗਏ। ਹੈਲੋ, ਹਾਂਜੀ, ਬੇਨਤੀ ਆ ਪਹਿਲੇ ਮੈਚ ਲਈ ਢਡੋਰੀ ਕਰਾਂਦੇ ਮਾਲਵਾ ਹਰਿਆਣਾ ਦੀਆਂ ਟੀਮਾਂ ਗਰਾਊਂਡ ਚ ਆ ਜਾਓ ਕਬੱਡੀ ਓਪਨ ਦੀਆਂ। ਢਡੋਰੀ ਕਰਾਂਦੇ ਮਾਲਵਾ ਹਰਿਆਣਾ, ਢਡੋਰੀ ਕਰਾਂਦੇ ਮਾਲਵਾ ਹਰਿਆਣਾ ਦਾ ਕਬੱਡੀ ਓਪਨ ਦਾ ਜਿਹੜਾ ਪਹਿਲਾ ਮੁਕਾਬਲਾ ਖੇਡਿਆ ਜਾਣਾ ਹੈ। ਇਹ ਟੀਮਾਂ ਢਡੋਰੀ ਕਰਾਂਦੇ ਮਾਲਵਾ ਹਰਿਆਣਾ ਕਬੱਡੀ ਓਪਨ ਦੇ ਪਹਿਲੇ ਮੈਚ ਦੀ ਟੀਮ ਆਇਓ ਅਜੈਬ ਸਿੰਘ ਜੀ ਟਰੋਲੇ ਵੱਲੋਂ ਜਿਹੜੀ ਟੀਮ ਜਿੱਤੂਗੀ ਉਹਨੂੰ 100 ਰੁਪਏ ਨਾਲ ਸਪੈਸ਼ਲ ਨਾਲ। ਵਾਹ ਜੀ ਵਾਹ, ਸਰਦਾਰ ਅਜੈਬ ਸਿੰਘ ਜੀ ਟਰੋਲੇ ਵਾਲੇ ਜਿੱਤਣ ਵਾਲੀ ਟੀਮ ਦੇ ਲਈ 100 ਰੁਪਏ ਦੇ ਮਾਣ ਕਰਨਗੇ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, 65 ਦਾ ਪਹਿਲਾ ਪਾ ਲੱਗਿਆ, ਇੱਕ ਇੱਕ ਪਲੇਅਰ ਪਾ ਜਾਓ। ਇੱਧਰ ਗਰਾਊਂਡ ਵਿੱਚ ਕਹਿੰਦੇ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦਾ। ਲਾ ਪਹਿਲੀ ਰੇਡ ਕਹਿੰਦੇ ਵੱਖਰਾ ਜਿਹਾ ਹੇਲ ਸਟਾਰਟ ਹੋ ਗਿਆ। ਲਾ ਦੇਖੋ ਸਾਹਮਣੇ ਚਾਰ ਜਾਫੀ ਹਰਿਆਣੇ ਵਾਲੇ, ਹੁਣ ਹਰਿਆਣੇ ਵਾਲਾ ਕੌਣ ਲਾਊ ਜੱਪਾ? ਬੇਨਤੀ ਆ ਜੀ, ਢਡੋਲੀ ਕਰਾਂਦੇ ਮਾਲਵਾ ਹਰਿਆਣਾ, ਇੱਧਰੋਂ ਢਡੋਲੀ ਕਰਾਂਦੇ ਮਾਲਵਾ ਹਰਿਆਣੇ ਦਾ ਓਪਨ ਦਾ ਪਹਿਲਾ ਮੈਚ ਹੈ। ਦੋਨੇ ਟੀਮਾਂ ਗਰਾਊਂਡ ਕਰ ਦਿਓ, ਦਰਬਾ ਪਿੰਡ ਦੇ ਪਹਾੜ ਕੋਲੋਂ। ਜਰਨੈਲ ਸਿੰਘ ਜੀ ਸਨਫ ਗੁਰਦੇਵ ਸਿੰਘ ਜੀ ਟਰੋਲੇ ਤੋਂ 2100 ਰੁਪਏ ਦੀ 2100 ਰੁਪਏ ਦੀ ਤੁਹਾਨੂੰ ਮੰਦੀ ਮੰਦ ਭੇਜਦੇ ਨੇ, ਬਹੁਤ ਬਹੁਤ ਧੰਨਵਾਦ। ਸਰਦਾਰ ਨਾਰ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਵੀ ਕਹਿੰਦੇ ਵੱਡਾ ਧੰਨਵਾਦ ਹੈ। ਸਰਦਾਰ ਨਾਰ ਸਿੰਘ ਜੀ ਨੰਬਰਦਾਰ ਸਾਹਿਬ ਹਰੀਗੜ੍ਹ ਕਿੰਗਣ ਦੇ ਘਰ ਚੋਣਾਂ ਮੈਚ ਹੋਊਗਾ ਬਈ, ਹਰੀਗੜ੍ਹ ਕਿੰਗਣ ਦੇ ਘਰ ਚੋਣਾਂ ਮੈਚ ਪਾਗਲ ਜਿੱਤ ਗਈ ਜੀ, ਪਾਗਲ ਜਿੱਤ ਗਈ ਜੀ। ਖਿਡਾਰੀ ਦੇ ਕਾਰਡ ਖਾਲੀ ਹੋ ਚੁੱਕਾ ਹੈ, ਜਿਹੜੀ ਬੇਨਤੀ ਹੈ ਦੋਨੋਂ ਟੀਮਾਂ ਦੇ ਲਈ ਜਲਦੀ ਦੇ ਨਾਲ ਟੀਮਾਂ ਗਰਾਊਂਡ ਚੜ੍ਹ ਕੇ ਢਡੋਲੀ ਕਰਾਂਦੇ ਮਾਲਵਾ ਹਰਿਆਣਾ ਦੂਸਰਾ ਮੈਚ ਖੇਡਿਆ। ਸਿੰਘ ਜੀ ਰਿਪਾ ਨੰਬਰਦਾਰ ਸਾਹਿਬ ਦਾ ਮੋਹਨ ਅਤੇ ਉਹਨਾਂ ਦੇ ਨਾਲ ਸਰਦਾਰ ਹਰਮਨ ਸਿੰਘ ਜੀ ਪੁਰਾਗਲ ਸਰਪੰਚ ਸਾਹਿਬ ਦਾ ਮੋਹਨ ਤੋਂ ਸਾਡੇ ਖੇਡ ਮੇਲੇ ਦੇ ਆਊਟ ਬਣਾਉਣ ਵਾਸਤੇ ਪਹੁੰਚੇ ਹਨ 200 ਕਲੱਬ ਵੱਲੋਂ ਜੀ ਆਇਆਂ ਨੂੰ ਅਤੇ ਬਹੁਤ ਬਹੁਤ ਧੰਨਵਾਦ। ਅਸੀਂ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਸਟੇਜ ਤੇ ਆ ਜਾਣ। ਹੈਲੋ, ਹਾਂਜੀ, ਬੇਨਤੀ ਹੈ ਕਬੱਡੀ ਉੱਪਰ ਦੇ ਪਹਿਲੇ ਮੈਚ ਦੀਆਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆਓ। ਹਾਂਜੀ, ਆਪਣੇ ਜਾਪੀ ਵਾਲਾ ਮੋਡ ਨਹੀਂ ਕਿੱਥੇ ਆ ਗੜਵਾ ਪਿੰਡ ਦੇ ਪਹਾੜ ਕੋਲ ਪੰਜਵਾਂ ਕੋਟਲੀ ਖੁਰਕੇ ਸਾਰਾ
ਬਾਈ ਦੇ ਘੋੜੇ ਨਾਲ ਤੇ ਅੱਠਵਾਂ ਲਾਸਟ ਮੈਚ ਆ ਜਿਹੜਾ